ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈਆਂ ਦੇ? ਅਸੀਂ ਮਿਹਨਤ ਕਰਨੇ ਹਾਂ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਤੇ ਆਪਣਾ ਜੀ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣਾ, ਅਸੀਂ ਮੁਕੰਮਲ ਬਾਤ ਕਰਨਾ। ਜਿਹਨੇ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਥੱਲੇ ਲਾਲ ਕਲਰ ਦਾ ਸਬਸਕ੍ਰਾਈਬ ਦਾ ਬਟਨ ਨਜ਼ਰ ਆ ਰਿਹਾ ਹੋਣਾ, ਗਨ ਦਬਾ ਕੇ ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਉਹਨਾਂ ਨੇ ਦਬਾ ਕੇ ਆਲ ਤੇ ਕਰ ਲਓ ਕਿ ਸਾਡੇ ਆਵਾਂ ਜਿਹੜੇ ਵਲੌਗ ਨੇ ਬਾਸਾਨੀ ਤੁਹਾਡੇ ਤੱਕ ਪਹੁੰਚ ਸਕਣ। ਤੇ ਜਿਸ ਤਰ੍ਹਾਂ ਕਿ ਮੈਂ ਕੱਲ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਖਾਲਾ ਜਾਨ ਉਹਨਾਂ ਨੇ ਘਰ ਮਿਸਤਰੀ ਲਾਏ ਹੋਏ ਨੇਗੇ, ਕੱਲ ਤਾਂ ਖਾਡਾ ਜਿਹੜਾ ਨਾ ਨਲਕੇ ਦਾ ਬਣਵਾ ਲਿਆ ਗਿਆ, ਲੇਕਿਨ ਨਾ ਨਾਲ ਵਾਸ਼ਰੂਮ ਦਾ ਇਹ ਕੰਮ ਸ਼ੁਰੂ ਕਰਵਾਇਆ ਹੈਗਾ, ਉਹਦੀਆਂ ਅੱਜ ਨਾ ਨੀਆਂ ਵਗੈਰਾ ਬਰਨੀਆਂ ਨੇਗੀਆਂ। ਤੇ ਇਹਦੇ ਲਈ ਸਾਨੂੰ ਸੀਗੀ ਜ਼ਰੂਰਤ ਰੇਤ ਦੀ, ਕਿਉਂਕਿ ਰੇਤ ਦੀ ਬਹੁਤ ਜ਼ਿਆਦਾ ਕਮੀ ਹੈਗੀ ਇਸ ਇਲਾਕੇ ਦੇ ਵਿੱਚ। ਇੱਥੋਂ ਦਰਿਆ ਰਾਵੀ ਕਾਫੀ ਦੂਰ ਬਣ ਜਾਂਦਾ ਹੈਗਾ ਅਤੇ ਕਾਫੀ ਮਹਿੰਗੀ ਜਿਹੜੀ ਨਾ ਰੇਤ ਮਿਲਦੀ ਹੈਗੀ। ਫਿਰ ਸੁਬਹਾ ਸੁਬਹਾ ਇੱਕ ਰਿਕਸ਼ਾ ਜਿਹੜਾ ਨਾ ਰੇਤ ਦਾ ਲੈ ਆਉਂਦਾ ਹੈਗਾ, ਜਿਹਨਾਂ ਕੋਲ ਸੀਮੈਂਟ ਬਜਰੀ ਲਿਆ ਸੀ ਨਾ ਉਹਨਾਂ ਕੋਲ 1500 ਰੁਪਏ 'ਚ ਪਿਆ ਹੈਗਾ ਇੱਕ ਰਿਕਸ਼ਾ, ਉੱਥੋਂ 1500 ਦੀ ਸਿਰਫ ਰੇਤ ਮਿਲੀ ਹੈਗੀ, ਕਿਰਾਇਆ ਅਲੱਗ ਹੋਵੇਗਾ ਰਿਕਸ਼ੇ ਦਾ। ਅਤੇ ਮਾਸ਼ਾਅੱਲਾ ਰੇਤ ਤਾਂ ਕਾਫੀ ਹੈਗੀ, ਤਕਰੀਬਨ 2 ਰਿਕਸ਼ੇ ਹੋਣ 'ਤੇ ਉਮੀਦ ਹੈਗੀ ਕਹਿੰਦੇ ਨਾਲ ਨਾ ਵਾਸ਼ਰੂਮ ਕੰਪਲੀਟ ਹੋ ਜਾਵੇਗਾ। ਭਾਈ ਹੋਰਾਂ ਨੇ ਅਨਲੋਡ ਕਰਤਾ ਹੈਗਾ, ਵਿੱਚੋਂ ਨਾ ਝਾੜੂ ਨਾ ਅੱਛੀ ਤਰ੍ਹਾਂ ਸਾਫ਼ ਕਰਕੇ ਇੱਥੇ ਰੇਤ ਜਿੰਨੇ ਪਲਟਾਵਣ ਲੱਗੇ ਨੇ, ਰਿਕਸ਼ਾ ਵੀ ਸਾਫ਼ ਹੋ ਜਾਵੇਗਾ, ਰੇਤ ਹੀ ਸਾਰੀ ਜਿਹੜੀ ਨਾ ਨਿਕਲ ਜਾਵੇਗੀ। ਅਤੇ ਮੈਂ ਅੰਕਲ ਹੋਰਾਂ ਜਿਹੜੀ ਨਾ ਇੱਟਾਂ ਤਾਰ ਕਰਕੇ ਦੇਵਣ ਲੱਗਿਆਂਗੇ, ਕਿਉਂਕਿ ਮੈਨੂੰ ਯਾਰ ਇਹਨੂੰ ਥੋੜ੍ਹਾ ਜਿਹਾ ਟਾਈਮ ਹੋਇਆ ਪਹਿਲੇ ਰੇਤ ਦਾ ਇੰਤਜ਼ਾਮ ਕੀਤਾ ਹੈਗਾ, ਅਤੇ ਹੁਣ ਫਿਰ ਜੇ ਇਹਨਾਂ ਕੰਮ ਨੂੰ ਬਸ ਲੱਗਣ ਲੱਗਿਆ, ਇੱਟਾਂ ਜਿਹੜੀਆਂ ਤਾਰ ਕਰਨੀਆਂ ਨੇਗੀਆਂ। ਤੰਮੀ ਜਾਣ ਡਰੰਮੀ 'ਚ ਪਾਣੀ ਭਰ ਰਹੀਆਂ ਨੇਗੀਆਂ, ਕੁਛ ਡਰੰਮੀ ਡਬੋ ਕੇ ਰੱਖਣੇ ਆਗੇ, ਦੇਖੋ ਜਿਸ ਤਰ੍ਹਾਂ ਡਬੂ ਵਿੱਚ ਡਬੋਈਆਂ ਹੋਈਆਂ, ਹਾਂ ਇਹਦੇ ਕੋਲ ਡਬੋ ਕੇ ਰੱਖਣੇ ਆਗੇ, ਬਾਕੀ ਇਹਨਾਂ ਦੇ ਉੱਤੇ ਜਿਹੜਾ ਨਾ ਪਾਣੀ ਸਿੱਟਣੇ ਆਗੇ ਇੱਟਾਂ ਦੇ, ਅਤੇ ਉੱਤੋਂ ਅੱਛੀ ਤਰ੍ਹਾਂ ਤਾਰ ਹੋ ਜਾਵਣ ਤਾਂ। ਇਸੇ ਤਰ੍ਹਾਂ ਨਾ ਕੋਈ 15-16 ਬਾਲਟੀਆਂ ਸਿੱਟਿਆ ਹੀ ਇਹਨਾਂ ਨੇ ਤਾਰ ਹੋਣਾ ਹੈਗਾ, ਅਤੇ ਕਿਉਂਕਿ ਤੁਹਾਨੂੰ ਪਤਾ ਹਾਲੇ ਤੱਕ ਮੋਟਰ ਤਾਂ ਲੱਗ ਨਹੀਂ ਸਕਦੀ, ਬਿਜਲੀ ਦਾ ਇੰਤਜ਼ਾਮ ਨਹੀਂ ਹੈਗਾ। ਅਗਲੇ ਮਹੀਨੇ ਜਿਹੜੇ ਨੇ ਇਹਨਾਂ ਦਾ ਕਾਲਾ ਜਾਣ ਉਹਦਾ ਮੀਟਰ ਇੱਥੇ ਲੱਗ ਜਾਵੇਗਾ, ਤਾਰ ਇਹਨਾਂ ਨੂੰ ਫਿਰ ਉਧਰੋਂ ਖਿੱਚ ਕੇ ਬਿਜਲੀ ਵਾਲੀ ਲਿਆਉਣੀ ਪੈਣੀ, ਇੱਥੇ ਮੀਟਰ ਲਾ ਦੇਵਣਗੇ ਇਹਨਾਂ ਨੂੰ। ਇੱਕ ਸੋਲਰ ਤੇ ਪੰਪ ਲੱਗ ਸਕਦਾ ਹੈ, ਸੋਲਰ ਤੇ ਜਾਂ ਪੰਪ ਲੱਗ ਸਕਦਾ ਹੈਗਾ, ਇੱਥੇ ਲਵਾਵਣ ਤਾਂ ਜਿੱਦਾਂ ਤੱਕ ਇਹਨਾਂ ਮੀਟਰ ਨਹੀਂ ਲੱਗਦਾ ਹੈਗਾ। ਸੋਲਰ ਪੰਪ ਤਕਰੀਬਨ ਅੰਮੀ ਜਾਨ ਸੋਲਰ ਪਲੇਟ ਤੋਂ ਅੱਟ ਕੇ ਅਗਲੇ ਦਿਨ ਨੂੰ ਕਹਿ ਰਹੇ ਸੀ 35,000 ਰੁਪਏ ਖਰਚਾ ਹੋਣਾ ਮੋਰ ਦਾ ਸਿਰਫ ਪੰਪ ਦਾ, ਜੇ ਅਗਰ ਸੋਲਰ ਪਲੇਟ ਨਾਲ ਵੀ ਤੋਂ ਪਾ ਕੇ ਕਰ ਲੋ 60-70,000 ਰੁਪਏ ਸੋਲਰ ਪੰਪ ਆ ਜਾਣਾ, ਬੜਾ ਮਹਿੰਗਾ ਪੈ ਜਾਣਾ, 60,000 ਦਾ ਬਣਨਾ ਹੈਗਾ। ਕੋਈ ਨਹੀਂ, ਅੱਲਾ ਗੁੰਜਾਇਸ਼ ਦੇਸਣੇ ਤੋਂ ਵੀ ਲਵਾ ਲਈ ਸਨਗੇ, ਇਹ ਵੀ ਉਹ ਲੱਗ ਗਿਆ ਨਾ ਤਾਂ ਮੁੜਾ ਸਾਨੂੰ ਪਾਣੀ ਦੀ ਆਸਾਨੀ ਬਣ ਜਾ ਸੀ, ਕਿਹਾ ਨਲਕਾ ਨਹੀਂ ਗਿਣਾ, ਅੱਗੇ ਨਲਕਾ ਥੋੜ੍ਹਾ ਹੀ ਗਿੜੀਂਦਾ ਤਾਂ ਕਹਿਆ ਪੀੜ ਹੋਣ ਲੱਗ ਪਾਉਂਦਾ, ਗਿੜੀਂਦਾ ਨਹੀਂ। ਇੱਕ ਵਾਰੀ ਨਾ ਨਵਾਂ ਨਵਾਂ ਨਲਕਾ ਲੱਗਿਆ ਤਾਂ ਬੋਕੀ ਜਿਹੜੀ ਨਾ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਹੈਗੀ, ਅਚਾਨਕ ਦੇਖੋ ਥੋੜਾ ਜਿਹਾ ਗੇੜਾ ਵਿੱਚ ਮੁਸ਼ਕਿਲ ਬਣਦਾ, ਮੁਸ਼ਕਿਲ ਬਣਦੀ ਹੈ, ਆਹਿਸਤਾ ਆਹਿਸਤਾ ਸੈੱਟ ਹੋ ਜਾਵੇਗੀ, ਫਿਰ ਹੌਲਾ ਗੇੜਾ ਜਿਤਨਾ ਆਪਾਂ ਜ਼ਿਆਦਾ ਇਹਨੂੰ ਇਸਤੇਮਾਲ ਕਰਾਂਗੇ ਮਿਸਤਰੀ ਦਾ ਨਾਸ਼ਤਾ ਜਿਹੜਾ ਨਾ ਇੱਥੇ ਬਣ ਰਿਹਾ ਰਾਤ ਨੂੰ, ਮੈਂ ਨੀ ਤੁਸੀਂ ਸੁੱਤੇ ਹੀ ਇੱਥੇ ਆ ਬਾਲਾ ਮਰਾਉਣਾ ਹੀ ਆ ਗਿਆ, ਹੁਣ ਵੀ ਗਤੀ ਰੋਂਦਾ ਹੈਗਾ।
ਤੇ ਨਾਲੇ ਨਾਲ ਦੇ ਗੜੇ ਵੀ ਚੁੱਕ ਕੇ ਲੈ ਆਉਂਦੇ ਨੇ, ਬਰਤਨ ਬੁਰਤਨ ਵੀ ਚੁੱਕ ਲੈਂਦੇ, ਟੋਕਰੀ ਜਿਹੜੀ ਬਰਤਨ ਵਾਲੇ ਸੀ ਉਹ ਵੀ ਨਾਲ ਲੈ ਆਉਂਦੇ, ਗੜਾ ਵੀ ਲੈ ਆਉਂਦਾ ਪਾਣੀ ਪੀਣ ਵਾਸਤੇ। ਹਾਂ ਨਾਲੇ ਐਸਾ ਨਵਾਂ ਗੜਾ ਹੈਗਾ ਤੇ ਇਹਦੀ ਖੁਸ਼ਬੋ ਪਾਣੀ ਦੀ ਬਹੁਤ ਪਿਆਰੀ ਆਉਂਦੀ ਗੀ, ਨਵੇਂ ਗੜੇ ਦਾ ਪਾਣੀ ਜਿਹੜਾ ਨਾ ਪੀਵਣ ਦਾ ਬੜਾ ਹੁੰਦਾ ਹੈਗਾ। ਹਾਂਜੀ ਨਹੀਂ ਉਂਝ ਵੀ ਛਾਂ ਤੇ ਰੱਖੋ ਨੀ ਛਾਂ ਤੇ ਰਾਤ ਨੂੰ ਖਾ ਲਾਂ ਜਾਣਾ, ਕਾਫੀ ਕੰਮ ਕੀਤਾ ਹੈ, ਆਲੀਆਂ ਟਾਈਲਾਂ ਵੀ ਇੱਥੇ ਅੰਦਰ ਰੱਖ ਲਈਆਂ ਨੇ, ਬਜਰੀ ਵੀ ਇੱਥੇ ਰੱਖ ਲਈ ਹੈਗੀ ਤੇ ਜਿਹੜੀ ਕੱਲ ਕੋਈ ਦੀਵਾਰ ਗਿਰਾਈ ਸੀ ਉਹਦੇ ਵੀ ਨਾ ਕਾਫੀ ਰੋੜੇ ਵਗੈਰਾ ਜਿਹੇ ਚੱਕ ਕੇ ਇੱਥੇ ਸਿੱਟ ਲਏ ਹੋਏ ਨੇ ਗੇ, ਜੇ ਜ਼ਿਆਦਾ ਵੱਧ ਨਹੀਂ ਸੀ ਉਹ ਤਾਂ ਨਹੀਂ ਚੱਕੇ ਜਾਣੇ ਸੀ, ਛੋਟੇ ਮੋਟੇ ਸੀ ਨਾ ਇੱਥੇ ਰੱਖ ਲਏ ਹੋਏ ਨੇ ਗੇ। ਖਾਲਾ ਜਾਣ ਕਹਿ ਰਹੀਆਂ ਸੀਗੀਆਂ ਇੱਥੇ ਨਾ ਕੋਈ ਛੱਪਰੀ ਟੈਪ ਬਣਾਵਾਂਗੇ, ਜਿਵੇਂ ਉੱਥੇ ਇਹਨਾਂ ਦੂਸਰੇ ਘਰ ਬਣੀ ਹੋਈ ਨਾ ਛੱਪਰ ਬਣਿਆ ਹੋਇਆ ਹੈਗਾ, ਉਸ ਤਰ੍ਹਾਂ ਇੱਥੇ ਛੱਪਰ ਬਣਾਵਣਗੇ, ਉਹ ਛੱਪਰ ਦੀ ਸਾਰੀ ਛੱਤ ਜਿਹੜੀ ਇਹਦੇ 'ਤੇ ਪਾ ਲਵਣਗੇ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਜ਼ਮੀਨ ਤਾਂ ਨਹੀਂ ਨਾ ਥੱਲੇ ਵਾਲੀ ਦੇਣੀ ਹੈਗੀ, ਬਸ ਉਤਲੇ ਉਤਲਾ ਸਮਾਨ ਹੀ ਇਹਨਾਂ ਦਾ ਜਿਹੜਾ ਲੱਗਿਆ ਹੋਇਆ ਦੇਣਾ ਹੈਗਾ, ਬਾਕੀ ਉਹਨਾਂ ਦੀ ਮਲਕੀ ਆ ਅਤੇ ਉੱਥੇ ਆਪਣਾ ਕੋਈ ਹੋਰ ਜਿਹੜਾ ਉਹਨਾਂ ਦਾ ਕੰਮ ਕਰਦਾ ਹੋਇਆ ਉਹਨੂੰ ਘਰ ਬਣਾ ਕੇ ਦੇ ਦੇਵਣਗੇ। ਅਤੇ ਮੈਂ ਅੱਗੇ ਬਾਲਟੀ ਭਰ ਲਈ ਸੀਗੀ, ਉੱਤੇ ਦੇ ਪਾਣੀ ਹੋਰ ਸਿੱਟਣੇ ਆਗੇ, ਇਹਨਾਂ ਨੂੰ ਚੰਗੀ ਤਰ੍ਹਾਂ ਤਾਰ ਕਰੀਏ ਪਰਲੀਆਂ ਨੂੰ ਵੀ ਅਤੇ ਇਹਨਾਂ ਨੂੰ ਵੀ। ਆਹ ਤਿੱਤਲੀ ਬੁੱਲ ਕੇ ਇੱਧਰ ਆਈ ਫਿਰਦੀ ਹੈਗੀ, ਇਹਨੂੰ ਫੁੱਲਾਂ 'ਚ ਆਉਣਾ ਚਾਹੀਦਾ ਸੀਗਾ ਉੱਥੇ ਫਸਲਾਂ 'ਚ। ਅਤੇ ਇਸੇ ਗੱਲ ਜਿਹੜੀਆਂ ਇੱਟਾਂ ਨੇ ਜੇ ਤਾਰ ਕਰ ਲਈਆਂ ਨੇਗੇ, ਲੇਕਿਨ ਮਸਾਲਾ ਖਤਮ ਹੋ ਗਿਆ ਹੋਇਆ ਹੈਗਾ, ਹੁਣ ਬਣਾਉਂਦੇ ਹਾਂ ਗਮੀ ਜਾਨ ਜਿਹੜੀਆਂ ਨੇ ਰੇਤ ਡੋ ਰਹੀਆਂ ਨੇਗੀਆਂ, ਪਹਿਲੇ ਜੇ ਇਹਨਾਂ ਰੇਤ ਦੀ ਇੱਥੇ ਡੇਰੀ ਲਾਉਂਦੇ ਹਾਂ ਚੰਗੀ ਵੱਡੀ, ਅੱਠ ਬੱਠਲ ਇਹ ਆਉਣਗੇ ਅਤੇ ਇੱਕ ਬੋਰੀ ਦਾ ਜਿਹੜਾ ਨਾ ਇਕੱਠਾ ਮਸਾਲਾ ਬਣਾਉਂਦੇ ਹਾਂ, ਇੱਕ ਬੋਰੀ ਵੀ ਸੀਮੈਂਟ ਦੀ ਆ ਜਾਵੇਗੀ, ਬਾਈ ਰਿਕਸ਼ੇ ਵਾਲੇ ਨੇ ਰੇਤ ਲਾਹਤੀ ਉਹ ਵੀ ਜਾਵਣ ਲੱਗੇ ਨੇਗੇ। ਮਾਸ਼ਾਅੱਲਾ ਰਿਕਸ਼ੇ 'ਚ ਕਾਫੀ ਰੇਤ ਆ ਗਈ ਹੈਗੀ, ਦੋ ਰੇੜਿਆਂ ਇਤਨੀ ਰੇਤ ਹੈ, ਅਤੇ ਅਗਰ ਲੈਣੀ ਪਈ ਨਾ ਤਾਂ ਹੋਰ ਇੱਥੋਂ ਰੇਤ ਲੈ ਲਵਾਂਗੇ ਬਿਹਤਰ ਰਹੇਗੀ, ਕਿਉਂਕਿ ਇੱਥੇ ਰੇੜੇ ਜਿਹੜੇ ਨੇ ਤਕਰੀਬਨ 2,000-2,500-3,000 ਰੁਪਏ ਦਾ ਰੇੜਾ ਉਹਨਾਂ ਨੇ ਸਿੱਟ ਦੇਣਾ, ਲੇਕਿਨ ਦੋ ਰੇੜਿਆਂ ਇਤਨੀ ਇੱਕ ਰਿਕਸ਼ੇ 'ਚ ਰੇਤ ਆ ਗਈ ਹੈਗੀ, ਅਤੇ ਇਹ ਵੀ ਉਤਨੇ ਦਾ ਪੈ ਗਿਆ, 2,500-2,600 ਦਾ ਕਰ ਲਓ ਸਾਨੂੰ ਰਿਕਸ਼ਾ, ਲੇਕਿਨ ਇਹਦੇ ਰੇਤ ਜ਼ਿਆਦਾ ਹੈਗੀ। ਫਿਰ ਦਰਅਸਲ ਇਲਾਕਾ ਹੈਗਾ ਥੋੜ੍ਹਾ ਜਿਹਾ ਦਰਿਆ ਦੂਰ, ਜੇ ਅਗਰ ਨਜ਼ਦੀਕ ਆਉਂਦਾ ਨਾ ਤਾਂ 500-600 ਦਾ ਰੇੜਾ ਵੀ ਸਿੱਟ ਦਿੰਦੇ ਨੇ, ਜਿੱਥੇ ਸਾਡਾ ਘਰ ਹੈ ਉੱਥੇ 1,000 ਰੁਪਏ ਦਾ ਰੇੜਾ ਸਿੱਟ ਦਿੰਦੇ ਹੁੰਦੇ ਨੇ ਰੇਤ ਦਾ। ਅੰਮੀ ਜਾਨ ਹੀ ਲੱਗੀ ਹੋਈਆਂ ਨੇ, ਅੰਮੀ ਜਾਨ ਤੁਹਾਡੀ ਤਬੀਅਤ ਹੀ ਖਰਾਬ ਹੋ ਜਾਣੀ ਹੈਗੀ ਕੰਮ ਕਾਰ ਕਰਕੇ। ਚਲੋ ਕੋਈ ਨਾ ਮੈਂ ਸਿੱਟ ਲੈਂਦਾ, ਔਰ ਮੈਨੂੰ ਦਿਓ ਬੱਠਲ। ਬਣਾਉਣੀ ਹੈ ਮਿਸਤਰੀ ਸਾਹਿਬ ਸਾਰਾ ਗੱਟੇ ਸੀਮੈਂਟ ਰੋਜ਼ ਵਾਸਤੇ।
ਤੇ ਮਸਾਲਾ ਜੀ ਪਾਣੀ ਪਾਤਾ ਹੈਗਾ ਅੰਕਲ ਹੋਰ ਨਾਸ਼ਤਾ ਕਰ ਰਹੇ ਨੇਗੇ, ਨਾਸ਼ਤਾ ਕਰ ਲੈਂਦੇ ਨੇਗੇ ਤੇ ਉਸ ਤੋਂ ਬਾਅਦ ਫਿਰ ਕੰਮ ਨੂੰ ਲੱਗਣੇ ਆਗੇ ਤੇ ਮੈਂ ਉਸਨੇ ਟਾਈਮ ਤੱਕ ਨਾ ਇੱਟਾਂ ਜਿਹੜੀਆਂ ਨੇਗੀਆਂ ਪਰਲੀ ਸਾਈਡ ਵਾਲੀਆਂ ਤਾਰ ਕਰ ਲੈਣਾ ਆਗੇ, ਨਲਕਾ ਗੇੜ ਗੇੜ ਕੇ ਖਾਲਾਂ ਜਾਣ ਜੇ ਇਹਨਾਂ ਨਾਸ਼ਤਾ ਬਣਾ ਰਹੀਆਂ ਨੇਗੀਆਂ। ਇੱਟਾਂ ਨੂੰ ਪਾਣੀ ਵਗੈਰਾ ਲਾ ਲਿਆ ਸੀਗਾ ਅੰਕਲ ਹੋਣਾ, ਨਾਸ਼ਤਾ ਕਰ ਲਿਆ ਹੈਗਾ ਤੇ ਇਹਨਾਂ ਨੂੰ ਮਸਾਲਾ ਵੀ ਦਿੰਦੇ ਹਾਂਗੇ। ਮਸਾਲਾ ਹੀ ਮਾਸ਼ਾਅੱਲਾ ਤਿਆਰ ਹੋਇਆ ਪਿਆ ਹੈਗਾ, ਇੱਕ ਬੋਰੀ ਦਾ ਇਕੱਠਾ ਬਣ ਗਿਆ, ਹੁਣ ਟੈਨਸ਼ਨ ਨਹੀਂ ਹੈਗੀ। ਅਤੇ ਅੰਕਲ ਮਿਸਤਰੀ ਨੂੰ ਨਾ ਸਾਰੀਆਂ ਚੀਜ਼ਾਂ ਜੀ ਕੋਲ ਪੂਰੀਆਂ ਕਰਕੇ ਦੇ ਦਿੱਤੀਆਂ ਨੇ, ਇੱਥੇ ਇੱਟਾਂ ਤਾਰ ਕਰਕੇ ਸਾਈਡਾਂ 'ਤੇ ਰੱਖੀ ਜਾ ਰਿਹਾ ਹੈਗਾ। ਮਸਾਲਾ ਵਗੈਰਾ ਵੀ ਜੇ ਇਹਨਾਂ ਕੋਲ ਐਡਵਾਂਸ ਆਇਆ ਪਿਆ ਹੈਗਾ। ਅਤੇ ਇੱਥੇ ਨਾ ਉੱਤੇ ਉਹਨਾਂ ਦੇ ਡੈਂਪ ਭਰੀ ਜਾਣਾ, ਜਿਵੇਂ ਤੁਸੀਂ ਦੇਖੋ ਬਣਾ ਰਹੇ ਨੇ ਅੰਕਲ ਉਹ ਜਗ੍ਹਾ, ਅਤੇ ਇਹਦੇ ਵਿੱਚ ਸਰੀਆ ਪਾ ਕੇ ਡੈਂਪ ਭਰੀ ਜਾਵੇਗਾ, ਇਹਦੇ ਉੱਤੋਂ ਫਿਰ ਦੀਵਾਰ ਦੇ ਉੱਤੇ ਵਾਰ ਆ ਜਾਣਗੇ ਥੱਲੋਂ ਜੀ, ਇੰਨੀ ਹੈ ਨਾ ਮਜ਼ਬੂਤ ਹੋ ਜਾਵੇਗੀ। ਅਤੇ ਉਧਰੋਂ ਖਾਲਾਂ ਜਾਣ ਨੇ ਮੇਰਾ ਨਾਸ਼ਤਾ ਬਣਾ ਕੇ ਰੱਖਿਆ ਇਹਦੇ ਅੰਦਰ ਪਿਆ ਹੈਗਾ, ਅਤੇ ਨਾਸ਼ਤਾ ਵੀ ਕਰ ਲੈਣਾ ਆ ਗਿਆ ਇੱਥੇ ਬਾਹਰ ਹੀ ਬੈਠ ਕੇ। ਅਤੇ ਨਾਸ਼ਤੇ ਜੀ ਖਾਲਾ ਜਾਣੇ ਚਾਰ ਹੀ ਲਿਆਉਂਦਾ ਹੈਗਾ ਇੱਥੋਂ ਦੁਕਾਨ ਤੋਂ, ਕਿਉਂਕਿ ਸੁਬਹਾ ਸੁਬਹਾ ਸਾਲਾਂ ਤਾਂ ਨਹੀਂ ਬਣਾ ਸਕਦੇ, ਦੁਪਹਿਰ ਟਾਈਮ ਸਾਲਾਂ ਨੂੰ ਫਿਰ ਬਣਾਵਣਗੇ। ਅਤੇ ਨਾਸ਼ਤਾ ਕਰਕੇ ਜੀ ਲੱਗ ਗਿਆ ਆ ਗਿਆ ਹੁਣ ਫਿਰ ਕੰਮ ਨੂੰ, ਇੱਥੋਂ ਨਾ ਦੀਵਾਰ ਇਹਦੀ ਸਿਹਤ 'ਤੇ ਗਿਰਾਉਣੀ ਹੈਗੀ ਸਾਰੀ, ਕਿਉਂਕਿ ਇੱਥੇ ਵੀ ਇਹਦੇ ਬਰਾਬਰ 'ਤੇ ਨਾ ਡੈਂਪ ਭਰਨਾ, ਇੱਧਰ ਤਾਂ ਡੈਂਪ ਦੀ ਜਗ੍ਹਾ ਬਣ ਗਈ ਹੈਗੀ, ਬਸ ਇਹਨੇ ਸਰੀਆ ਪਾ ਕੇ ਉੱਤੋਂ ਕੰਕਰੀਟ ਭਰਨਾ ਹੈਗਾ। ਅਤੇ ਅੰਕਲ ਹੋਰ ਜੀ ਇਹਨਾਂ ਪਰਲੀ ਸਾਈਡ ਤੋਂ ਵਾਰ ਲਾ ਲੈਂਦੇ ਨੇ ਫਰੰਟ ਦੇ, ਤਕਰੀਬਨ ਜੇ ਵਾਸ਼ਰੂਮ ਦੀ ਫਰੰਟ ਆਉਣੀ ਜਿੱਥੇ ਦਰਵਾਜ਼ੇ ਲੱਗਣੇ ਨੂੰ ਇੱਥੇ ਆ ਜਾਣੀ, ਇੰਨੀ ਜਗ੍ਹਾ 'ਤੇ ਆ ਜਾਣਾ ਹੈਗਾ। ਵਿੱਚੋਂ ਫਿਰ ਇਹਦੇ ਪਰਦਾ ਬਣ ਜਾਵੇਗਾ 4 ਇੰਚੀ ਦਾ, ਅਤੇ ਸਾਈਡਾਂ ਜੇ 9 ਇੰਚੀ ਦੀ ਦੀਵਾਰ ਹੋਵੇਗੀ ਇਸ ਸਾਈਡ ਤੋਂ ਸਾਰੀ ਦੇਖਣੇ ਹੈਗੇ। ਬਾਕੀ ਇਹ ਵੀ ਗਿਰਾਈ ਖੜਾ ਆ ਗਿਆ ਥੋੜ੍ਹਾ ਜਿਹਾ ਰਹਿ ਗਿਆ ਟੋਟਾ। ਅਤੇ ਫਾਈਨਲੀ ਜੀ ਜਿਹੜੀ ਇਹ ਨੁੱਕਰ ਸੀਗੀ ਇਹ ਵੀ ਗਿਰਾ ਕੇ ਅਤੇ ਇਹਦੇ ਨਾਲ ਥੱਲੋਂ ਦੇਖੋ ਡੈਂਪ ਦੀ ਜਗ੍ਹਾ ਬਣਾਤੀ, ਮੈਂ ਆਪਣੇ ਹੱਥਾਂ ਨਾਲ ਹੀ ਬਣਾਈ ਹੈਗੀ ਇੱਥੋਂ ਦੀ। ਅਤੇ ਅੰਕਲ ਹੋਰ ਜਿਹੜੇ ਲੱਗੇ ਹੋਏ ਨੇ ਉਤਨੇ ਟਾਈਮ ਤੱਕ ਇਹਨਾਂ ਨੇ ਕੋਲ ਹੈ, ਹਲੇ ਬਾਹਰ ਲਾ ਲੈਣੇ ਗੇ ਥੱਲੇ, ਅਤੇ ਹੁਣ ਡੈਂਪ ਦਾ ਜਿਹੜਾ ਮਸਾਲਾ ਬਣਾਉਣ ਲੱਗਿਆ ਆ ਗਿਆ, ਇੱਥੇ ਡੈਂਪ ਭਰਨੇ ਆ ਗਏ, ਅਤੇ ਉਸ ਤੋਂ ਬਾਅਦ ਫਿਰ ਉੱਤੇ ਜਿਹੜਾ ਵਾਰ ਦੇਣੇ ਸ਼ੁਰੂ ਕਰਾਂਗੇ। ਉਮੀਦ ਹੈਗੀ ਕਿ ਇਨਸ਼ਾਅੱਲਾ ਤਾਲਾ ਅੱਜ ਇਸ ਸਾਈਡ ਤੋਂ ਨਾ ਓਡਰ ਬਣ ਜਾਵੇਗਾ, ਪਰ ਉਹ ਜਿਵੇਂ ਦੀਵਾਰ ਬਣੀ ਹੋਈ ਸੀ ਨਾ ਤਕਰੀਬਨ ਇਤਨੀ ਇਤਨੀ ਅਸੀਂ ਦੀਵਾਰ ਵੀ ਇਨਸ਼ਾਅੱਲਾ ਤਾਲਾ ਬਣਾ ਲਵਾਂਗੇ। ਹੁਣ ਵਾਸ਼ਰੂਮ ਦਾ ਨਕਸ਼ਾ ਤੁਹਾਡੇ ਕੋਈ ਨਾ ਸਮਝ 'ਚ ਆ ਰਿਹਾ ਹੋਣਾ ਹੈਗਾ, ਇਹ ਦਰਮਿਆਨ ਦੀਵਾਰ ਆ ਜਾਣੀ ਅਲੱਗ ਅਲੱਗ ਜੇ ਨਾ
ਦੋਨੇ ਹਿੱਸੇ ਬਣ ਜਾਣੇ ਨੇਗੇ। ਤੇ ਮੌਸਮ ਵੀ ਸੁਬਹ ਲੱਗਦਾ ਕਾਫੀ ਖਰਾਬ ਹੋਇਆ ਹੋਇਆ ਹੈਗਾ ਤੇ ਅਚਾਨਕ ਨਾ ਹੁਣ ਬਾਰਿਸ਼ ਵੀ ਸ਼ੁਰੂ ਹੋ ਗਈ ਹੈਗੀ ਦੇਖੋ। ਨਾਲ ਸੂਰਜ ਹੀ ਨਿਕਲਿਆ ਹੋਇਆ ਹੈਗਾ ਤੇ ਦੇਖੋ ਬਾਰਿਸ਼ ਵੀ ਜਿਹੜੀ ਨਾ ਹੋ ਰਹੀ ਹੈਗੀ। ਲੇਕਿਨ ਇਸ ਤਰ੍ਹਾਂ ਆਪਣਾ ਠੰਡਾ ਠੰਡਾ ਮਾਹੌਲ ਬਣ ਜਾਂਦਾ ਹੈਗਾ। ਅਗਰ ਜ਼ਿਆਦਾ ਬਾਰਿਸ਼ ਆਵੇ ਫਿਰ ਤਾਂ ਨੁਕਸਾਨ ਵੀ ਆਪਣਾ ਹੋਣਾ ਹੈਗਾ, ਲੇਕਿਨ ਮਾੜੀ ਮੋਟੀ ਆਉਂਦੀ ਰਹੇ ਫਿਰ ਤਾਂ ਕੋਈ ਨਹੀਂ ਮਸਲਾ ਹੈ। ਅੱਜ ਤਾਂ ਉੱਤੇ ਬੱਦਲ ਹੀ ਇੱਥੇ ਕਾਫੀ ਨੇਗੇ। ਕੱਲ੍ਹ ਐਵੇਂ ਨਾ ਦੰਦ ਖਾਇਆ ਸੀ ਉੱਥੇ ਜਦੋਂ ਗਾਰੇ ਫਿਰਦਾ ਸੀ ਨਾ, ਉਦੋਂ ਬਾਰਿਸ਼ ਆਈ ਸੀ ਸੁਬਹਾ ਸੁਬਹਾ ਟਾਈਮ। ਅੱਜ ਦੁਪਹਿਰ ਟਾਈਮ ਆਈ ਹੈਗੀ ਇਸੇ ਤਰ੍ਹਾਂ ਬਾਰਿਸ਼। ਮਾਸ਼ਾਅੱਲਾ ਗੰਦਾ ਵੀ ਤਿਆਰ ਖੜੀ ਹੈਗੀ, ਦੇਖੋ ਕਿਵੇਂ ਆਵਾਜ਼ਾਂ ਆ ਰਹੀਆਂ ਜਦੋਂ ਹਵਾ ਗੁਲਦੀ ਨਾ, ਬਿਲਕੁਲ ਸੁੱਕ ਗਈ ਹੋਈ ਹੈ ਗੰਦਮ। ਅਤੇ ਡੈਂਪਲੀ ਜੀ ਮਸਾਲਾ ਜਿਹੜਾ ਹੈਗਾ ਆਪਾਂ ਬਣਾ ਲਿਆ ਅਤੇ ਪਾਣੀ ਕੁਛ ਪਾਉਣਾ ਹੈਗਾ। ਖਲੂ ਜਾਣ ਆਉਣਾ ਆਏ ਨੇ ਗੇ ਨੇ ਬੇਟੇ, ਤਬੀਅਤ ਖਰਾਬ ਕੱਲ੍ਹ ਲਾ ਦੀ, ਕੱਲ੍ਹ ਵੀ ਦਵਾਈ ਲੈ ਆਏ ਸੀਗੇ, ਹੁਣ ਫਿਰ ਜਾਮਣ ਲੱਗੇ ਨੇ ਦਵਾਈ ਲਵਾਂ। ਕਹਿੰਦੇ ਚਲੋ ਤੈਨੂੰ ਪਾਣੀ ਗੇੜ ਕੇ ਭਰ ਦਿੰਦਾ, ਕਿਉਂਕਿ ਮੇਰਾ ਨਾ ਤਲੀ ਜਿਹੜੀ ਹੈਗੀ ਆਪਦੀ ਬੜੀ ਦਰਦ ਕਰ ਰਹੀ, ਨਲਕਾ ਗੇੜ ਗੇੜ ਕੇ ਲੋਹੇ ਦੀ ਹੈ ਨਾ ਇਹਦੀ ਹੱਥੀ। ਅਤੇ ਉਦੋਂ ਅੰਕਲ ਮਿਸਤਰੀ ਜਿਹੜੇ ਸਰੀਆ ਵਗੈਰਾ ਜਿਹੜੇ ਨਾ ਪਾਉਣ ਲੱਗੇ ਇੱਥੇ ਡੈਂਪ ਲਈ, ਅਤੇ ਇਹਦੇ ਉੱਤੇ ਫਿਰ ਜਿਹੜਾ ਮਟੀਰੀਅਲ ਪਾਉਂਦੇ ਹਾਂ ਪੂਰਾ ਹੈਗਾ ਸਰੀਆ ਤਾਂ ਸਹੀ ਪਮੈਸ਼ 'ਤੇ ਆ ਗਿਆ। ਮੈਂ ਸੋਚ ਰਿਹਾ ਸੀਗਾ ਉਹ ਨਾ ਹੋਵੇ ਛੋਟਾ ਵੱਡਾ ਨਾ ਹੋਵੇ, 15 ਫੁੱਟ ਅੰਦਾਜ਼ੇ ਨਾਲ ਲਿਆ ਗਿਆ ਤਾਂ ਪੂਰਾ ਹੀ ਆ ਗਿਆ ਹੈਗਾ। ਪਮੈਸ਼ ਜਿਹੜੀ ਨਾ 15 ਫੁੱਟ ਹੈਗੀ ਅੰਜ ਤੇ ਅੰਜ। ਇੱਧਰੋਂ ਬੱਸ ਨੇ ਇਹਦੀ ਮਜ਼ਬੂਤੀ ਕਰਨੀ ਹੈਗੀ ਕਿ ਥੱਲੇ ਨਾ ਬਹਿ ਜਾਵੇ ਆ ਸਾਈਡ। ਅਤੇ ਮਸਾਲਾ ਹੀ ਤਿਆਰ ਕਰ ਲਿਆ ਹੈਗਾ ਤਾਂ ਹੁਣ ਫਿਰ ਲੈ ਚੱਲਦੇ ਹਾਂ ਕਿ ਚੱਲ ਕੇ ਡੈਂਪ ਭਰੀਏ। ਇੰਨਾ ਇੰਨਾ ਹੀ ਬੜਾ ਕੱਪੜੇ ਨਹੀਂ ਤਾਂ ਖਰਾਬ ਹੋਣਗੇ। ਡੈਂਪ ਜੀ ਵਾਸ਼ਰੂਮਾਂ ਦਾ ਕੰਪਲੀਟ ਕਰ ਲਿਆ ਹੈਗਾ ਅਤੇ ਨਾਲ ਅੰਕਲ ਔਰ ਜਲਦੀ ਜਲਦੀ ਮਸਾਲਾ ਮੈਂ ਦਿੰਦਾ ਰਿਹਾ ਕਿ ਇਸ ਸਾਈਡ ਤੋਂ ਨਾ ਵਾਸ਼ਰੂਮਾਂ ਜਿਹਾ ਕੋਨਾ ਹੈਗਾ ਇਹ ਉਸਰ ਗਿਆ। ਬਾਹਰਲੀ ਜਿਹੀ ਦੀਵਾਰ ਹੈਗੀ ਇਹ ਬਣੇਗੀ 9 ਇੰਚੀ ਦੀ, ਦੋ ਦੋ ਇੱਟਾਂ ਦੀ। ਅੰਦਰਲੀ ਜਿਹੀ ਦੀਵਾਰ ਹੈਗੀ ਇਹ ਇਸ ਤਰ੍ਹਾਂ ਬਣਨੀ ਹੈਗੀ ਇੱਕ ਇੱਕ ਇੱਟ ਦੀ, ਕਿਉਂਕਿ ਇੱਧਰੋਂ ਮਜ਼ਬੂਤੀ ਪਹਿਲੇ ਹੀ ਥੱਲੋਂ ਸਮੇਂ ਨੀਂਹ ਵਗੈਰਾ ਪੱਕੀ ਹੈਗੀ ਜਿਹੜੇ ਆ ਥੱਲੇ ਖਾਡਾ ਬਣਿਆ ਹੋਇਆ ਨਾ। ਇਸ ਸਾਈਡ 'ਤੇ ਇਸ ਵਜ੍ਹਾ ਡੈਂਪ ਦੀ ਜ਼ਰੂਰਤ ਨਹੀਂ ਸੀ, ਬਹਿਣਾ ਆ ਗਿਆ ਅਗਰ ਦੀਵਾਰ ਨੇ ਤਾਂ ਉਹ ਪਰਲੀ ਸਾਈਡ ਤੋਂ ਬਹਿਣਾ ਆ ਗਿਆ, ਉਸ ਵਜ੍ਹਾ ਤੋਂ ਉਧਰੋਂ ਜਿਹੜਾ ਨਾ ਮਜ਼ਬੂਤੀ ਇਹਦੀ ਕਰ ਲਈ ਹੈਗੀ। ਹੁਣ ਫਿਰ ਇਹਦੇ ਉੱਤੇ ਜਿਹੜੇ ਨਾ ਅੰਕਲ ਉਹ ਵਾਰ ਲਾਉਂਦੇ ਨੇਗੇ ਅਤੇ ਲੇਵਲ ਵਗੈਰਾ ਜਿਹੜਾ ਪਹਿਲੇ ਅੱਛੀ ਤਰ੍ਹਾਂ ਕੀਤਾ ਹੈਗਾ ਕਿ ਉਸ ਸਾਈਡ ਤੋਂ ਨਾ ਪਹਿਲੇ ਤੁਹਾਨੂੰ ਪਤਾ ਜਗ੍ਹਾ ਨੀਵੀਂ ਹੈਗੀ ਉਹ ਉੱਚੀ ਕਰਨੀ ਪਈ ਹੈਗੀ। ਅਤੇ ਕੱਲ੍ਹਾਂ ਦੇ ਬੱਚੇ ਜਿਹੜੇ ਰੋ ਰਹੇ ਨੇਗੇ, ਕੱਲ੍ਹਾਂ ਉਹ ਤੁਹਾਨੂੰ ਪਤਾ ਸ਼ਹਿਰ ਗਏ ਹੋਏ ਨੇਗੇ, ਇਸ ਵਜ੍ਹਾ ਤੋਂ ਵਾਰ ਵਾਰ ਰੋਣ ਲੱਗ ਜਾਂਦਾ। ਅੱਗੇ ਅਰਸਲਾਨ ਸੋਇਆ ਹੋਇਆ ਸੀਗਾ ਉਹ ਨਹੀਂ ਉੱਠਿਆ ਹੈਗਾ ਤੋਂ ਰੋਣ ਲੱਗ ਜਾਂਦਾ ਵਾਰ ਵਾਰ। ਅਤੇ ਅਮਨ ਵਾਲੇ ਨੂੰ ਵੀ ਆਪਣੇ ਛੋਟੇ ਬੇਟੇ ਉਸਮਾਨ ਦੀ ਦਵਾਈ ਲੈ ਕੇ। ਦੇਖੋ ਦੁਪਹਿਰ ਦਾ ਟਾਈਮ ਹੈ, ਗਲੀ 'ਚ ਕੋਈ ਨਹੀਂ ਹੈਗਾ, ਦੂਰ ਦੂਰ ਤੱਕ ਕੋਈ ਵੀ ਨਹੀਂ ਨਜ਼ਰ ਆ ਰਿਹਾ। ਅਤੇ ਉਹ ਸਾਹਮਣੇ ਗੰਦਮ ਦੀ ਕਟਾਈ ਕਰਨ ਵਾਲੇ ਬੈਠੇ ਨੇਗੇ ਛਾਂ 'ਤੇ, ਖਾਣਾ ਵਗੈਰਾ ਖਾ ਰਹੇ ਨੇ ਦੁਪਹਿਰ ਟਾਈਮ ਦਾ। ਪਹਿਲਾਂ ਇੱਥੇ ਬਹਿ ਕਟਾਈ ਕਰਦੇ ਰਹੇ ਜੀ ਸਾਹਮਣੇ ਹੈਗੇ, ਲੇਕਿਨ ਹੁਣ ਜੇ ਨਾ ਰੈਸਟ ਕਰ ਰਹੇ ਨੇ ਸਾਹਮਣੇ ਛਾਂ 'ਤੇ ਬੈਠ ਕੇ। ਫਿਲਹਾਲ ਤਕਰੀਬਨ ਨਾ ਇਤਨਾ ਹੀ ਕੰਮ ਕੀਤਾ ਹੈਗਾ ਅਤੇ ਖਾਲਾ ਜਾਣ ਔਰ ਹੀ ਆ ਗਏ ਨੇਗੇ। ਖਾਲੂ ਤਾਂ ਫਿਰ ਚਲਾ ਗਿਆ ਹੈਗਾ ਅੱਗੇ, ਤੁਹਾਨੂੰ ਪਤਾ ਹੈਗਾ ਕਿ ਉਹ ਕੰਮ 'ਤੇ ਹੀ ਲੱਗੇ ਹੋਏ ਨੇਗੇ, ਨਾਲ ਫਿਰ ਇੱਧਰ ਵੀ ਉਹਨਾਂ ਨੇ ਆਉਣਾ ਹੁੰਦਾ ਹੈਗਾ। ਅਤੇ ਨਾਲ ਖਾਣਾ ਵਗੈਰਾ ਵੀ ਲੈ ਆਏ ਨੇਗੇ, ਪਹਿਲੇ ਖਾਣਾ ਖਾਂਦੇ ਹਾਂਗੇ ਅਤੇ ਉਸ ਤੋਂ ਬਾਅਦ ਫਿਰ ਇੱਥੇ ਨਾ ਵਿੱਚੋਂ ਬਾਹਰ ਦੇਣੇ ਸ਼ੁਰੂ ਕਰਨੇ ਆ। ਇਹਦੇ ਬਰਾਬਰ ਇੱਧਰੋਂ ਪਰਦਾ ਹੋ ਜਾਵੇਗਾ ਅਤੇ ਸ਼ਾਮ ਤੱਕ ਇਨਸ਼ਾਅੱਲਾ ਤਾਲਾ ਇਹਦੇ ਬਰਾਬਰ ਹੀ ਨਾ ਇੱਧਰੋਂ ਕੰਪਲੀਟ ਕਰਾਂਗੇ। ਇਸ ਦੀਵਾਰ ਦੇ ਬਰਾਬਰ ਮੈਂ ਕਰਵਾਵਾਂਗਾ ਅੰਕਲ ਹੋਰਾਂ ਕੋਲ ਹਰ ਹਾਲਤ 'ਚ। ਨਾਲ ਤਾਂ ਹੀ ਤਾਂ ਮੈਂ ਲੱਗਿਆ ਹੋਇਆ ਕਿ ਜਿਤਨਾ ਹੋ ਸਕੇ ਜਲਦੀ ਜਿਹੜਾ ਨਾ ਕੰਮ ਖਤਮ ਕਰਨਾ ਆਪਾਂ। ਇਹ ਇੱਟਾਂ ਵਗੈਰਾ ਪਈਆਂ ਨਾਲ, ਜਿਹੜੀਆਂ ਇਹ ਪਈਆਂ ਨੇ ਇੱਟਾਂ ਤਾਂ ਤਾਰ ਹੋਈਆਂ ਪਈਆਂ ਨੇ ਨਾ,
ਇਹਦੇ ਚੀਟਾਂ ਪਾ ਕੇ ਮੈਂ ਰੱਖੀਆਂ ਹੋਈਆਂ ਨਹੀਂ ਆ, ਇਹ ਬਲਕਿ ਤਾਰ ਹੋਈਆਂ ਪਈਆਂ ਤਾਂ ਕੱਢੀਏ, ਬਾਅਦ ਚੱਲ ਕੇ ਖਾਣਾ ਮੈਂ ਖਾ ਲੈਣਾ, ਇਹਦੇ ਨਵੀਆਂ ਪਾ ਦੇਵਾਂਗੇ ਉਹ ਰੇਟਾਂ। ਅਤੇ ਇਹ ਦੇਖੋ ਇਹਦੇ ਮਾਸ਼ਾਅੱਲਾ ਕਾਫੀ ਵੱਡਾ ਇੱਟਾਂ ਢੇਰ ਪਿਆ, ਇੱਥੋਂ ਹੀ ਚੱਕ ਕੇ ਜਿਹੜੇ ਨਾ ਹੋਰ ਤਾਰ ਕਰਨ ਲਈ ਪਾ ਦਿੰਦੇ ਇੱਥੇ ਵਿੱਚ। ਰੋੜੇ ਵਗੈਰਾ ਵਿੱਚ ਲੱਗਦੇ ਰਹਿਣੇ ਨੇ, ਜੇ ਟੁੱਟੀਆਂ ਬੰਨੀਆਂ ਇੱਟਾਂ ਆਉਂਦੀਆਂ ਫਿਰ ਜੇ ਟਰਾਲੀ ਲੈਂਦੀਆਂ ਨੇ ਟੁੱਟ ਵੀ ਜਾਂਦੀਆਂ ਹੁੰਦੀਆਂ ਨੇ। ਇਹ ਹੁਣ ਅੱਛੀ ਤਰ੍ਹਾਂ ਤਾਰ ਹੋ ਜਾਣਗੀਆਂ, ਚੱਲ ਕੇ ਮੈਂ ਫਿਰ ਖਾਣਾ ਖਾ ਲੈਣਾ ਆ ਗਿਆ। ਅਤੇ ਹੁਣ ਜੀ ਫਿਰ ਖਾਣਾ ਖਾ ਲੈਂਦੇ ਆਗੇ। ਅਲਹਮਦੁਲਿਲਾ ਜੀ ਦੁਪਹਿਰ ਟਾਈਮ ਦਾ ਖਾਣਾ ਖਾ ਲਿਆ ਹੈਗਾ, ਅਤੇ ਖਾਣਾ ਖਾਣ ਤੋਂ ਬਾਅਦ ਲੱਗ ਗਿਆ ਹੈਗੇ ਫਿਰ ਕੰਮ ਨੂੰ। ਅੰਕਲ ਔਰ ਜਿਹੜੇ ਨਾਲ ਵਾਰ ਮੁਕੰਮਲ ਕਰ ਰਹੇ ਨੇਗੇ, ਇੱਕ ਭੱਠਾ ਲਈ ਬਸ ਨਾ, ਵੈਸੇ ਮਸਾਲੇ ਦਾ ਬਚਿਆ ਪਿਆ ਕਿਉਂਕਿ ਮਸਾਲਾ ਜਿਹਾ ਖਤਮ ਹੋ ਗਿਆ ਹੈ, ਅਤੇ ਮੈਂ ਹੁਣ ਬਣਾਉਣ ਲੱਗਿਆ ਆ ਗਿਆ। ਚੱਲੇ ਹਾਂਗੇ ਜੀ ਬਾਹਰੋਂ ਰੇਤ ਵਗੈਰਾ ਚੱਕ ਲਿਆਉਂਦੇ ਆਗੇ, ਅਤੇ ਉੱਥੇ ਨਾ ਮਸਾਲਾ ਇੱਕ ਬੋਰੀ ਦਾ ਹੋਰ ਬਣਾ ਲੈਣਾ, ਜਿਤਨਾ ਪਹਿਲੇ ਬਣਾਇਆ ਸੀ ਨਾ ਉਤਨਾ ਹੀ। 10 ਭੱਠਲ ਰੇਤ ਦੇ ਹੋਣਗੇ, ਵਿੱਚ ਇੱਕ ਬੋਰੀ ਜਿਹੜੀ ਨਾ ਸੀਮੈਂਟ ਦੀ ਆ ਜਾਣੀ ਹੈ। ਅਤੇ ਅਲਹਮਦੁਲਿਲਾ ਜੀ ਖਾਣਾ ਜਿਹੜਾ ਨਾ ਉਹ ਖਾ ਲਿਆ ਗਿਆ, ਅਤੇ ਹੁਣ ਜਿਹੜਾ ਨਾ ਹਸਨ ਦੀ ਖਾਲਾਂ ਪਕਾ ਰਹੀ ਹੈ ਚਾਹ ਮਿਸਤਰੀ ਵਾਸਤੇ। ਮਿਸਤਰੀ ਜਿਹੜਾ ਨਾ ਉਹ ਲੱਗ ਗਿਆ ਕੰਮ ਨੂੰ, ਅਤੇ ਚਾਹ ਕੋਲ ਜਿਹੜੀ ਨਾ ਉਹ ਉੱਤੇ ਰੱਖ ਦਿੱਤੀ ਨੇ। ਥਾਪੀਆਂ ਵੀ ਰਾਤ ਨੂੰ ਲੈ ਆਈ ਸੀਗੀ, ਅਤੇ ਮਾਸ਼ਾਅੱਲਾ ਹਾਂਜੀ। ਅਤੇ ਚੁੱਲ੍ਹਾ ਜਿਹੜਾ ਨਾ ਹਸਨ ਦੀ ਖਾਲਾਂ ਦਾ ਦੇਖੋ ਕਿੰਨਾ ਪਿਆਰਾ ਬਣਿਆ, ਕੱਚਾ ਬਣਾਇਆ ਹੋਇਆ ਇਸ, ਅਤੇ ਪਿਆਰਾ ਬਹੁਤ ਜ਼ਿਆਦਾ ਹੈਗਾ। ਅਤੇ ਮਿਸਤਰੀ ਭਾਈ ਉਹਦੇ ਕੰਮ 'ਤੇ ਲੱਗੇ ਉਹਨੇ ਹਸਨ ਕੋਲ ਮਸਾਲਾ ਬਣਾ ਰਿਹਾ। ਅਤੇ ਅਸਾਂ ਜਿਹੜਾ ਮਸਾਲੇ ਪਾਣੀ ਪਾਉਣ ਲੱਗਾ ਹੋਇਆ, ਅਤੇ ਜਿਹੜੀ ਮਾਰੀਆ ਅਤੇ ਅਸਲਾਨ ਉਹ ਇਹਦੇ ਨਾਲ ਨਾ ਕਮਰਾ ਬਣਾਉਣ ਲੱਗੇ ਹੋਣ ਗਿੱਟੂ ਚਾਹ ਕੇ, ਅਤੇ ਉਹਨਾਂ ਦਾ ਕਮਰਾ ਨਾਲ ਤਿਆਰ ਕਰ ਰਹੇ ਨੇ। ਉਹ ਵੇਖੋ ਉਹ ਚੀਜ਼ਾਂ ਲਿਆ ਰਿਹਾ ਚਾਹ ਚਾਹ ਕੇ। ਮਾਰੀਆ ਇੱਥੇ ਕੀ ਕਰੂ ਨੇ, ਕੀ ਚੀਜ਼ ਬਣਾਉਣ ਇੱਥੇ? ਇਹ ਦੋਵੇਂ ਭੈਣ ਭਰਾ ਆਹ ਦੇ ਕਾਰੋਬਾਰ ਨੂੰ ਲੱਗੇ ਹੋਣ। ਅਤੇ ਹਸਨ ਜਿਹੜਾ ਨਾ ਪਾਣੀ ਭਰਨ ਨੂੰ ਲੱਗੋ ਆ, ਬੜੀ ਮੁਸ਼ਕਿਲ ਨਾਲ ਨਲਕਾ ਗਿੜਦਾ ਹੈਗਾ। ਹਾਂ ਹਸਨ ਦੇ ਹੱਥਾਂ 'ਤੇ ਜਿਹੜੇ ਨੇ ਛਾਲੇ ਪਾਏ ਜਾਂਦੇ ਹੈਗੇ, ਅਤੇ ਇਹਨਾਂ ਨੂੰ ਚਾਹੀਦਾ ਤਾਂ ਹਸਨ ਸੋਲਰ ਪਲੇਟ ਲਵਾ, ਸੋਲਰ ਪਲੇਟ ਵਾਲਾ ਜਿਹੜਾ ਪੰਪ ਹੈ ਨਾ ਉਹ ਲਾ ਦੇ। ਨਹੀਂ ਆਹ ਜਿਹੜੇ ਨਲਕੇ ਦੀ ਨਾ ਬਾਜੀ ਆਖਿਆ ਨਲਕਾ ਲਵਾਉਣ ਨਹੀਂ, ਅਤੇ ਨਲਕੇ ਦੀ ਸਿੱਧਾ ਆਪਾਂ ਨਹੀਂ ਪਿੱਛੇ ਖਿਆਲ ਆਇਆ ਸੋਲਰ ਪੰਪ ਲਵਾ ਲੈਣਾ ਸੀ, ਇਹਨਾਂ ਪੈਸਿਆਂ ਦਾ ਹੀ ਉਹ ਲੱਗ ਜਾਣਾ ਗਿਆ। ਹਾਂ ਉਹ ਸੋਲਰ ਪੰਪ ਲੱਗ ਜਾਂਦਾ ਨਾ, ਅਤੇ ਸਾਰੇ ਦਿਨ ਫਰੀ ਦੇ ਵਿੱਚ ਚੱਲਦਾ ਰਿਹਾ ਕਰੇ, ਉਹਦਾ ਬਿੱਲ ਤਾਣਾ ਕੋਈ ਨਹੀਂ ਆ। ਹਾਂ ਨਲਕੇ ਜਿੰਨੇ ਉਹਨਾਂ ਦੇ ਪੈਸੇ ਨੇ। ਹਾਂ ਅਤੇ ਜਿਤਨੇ ਨਲਕੇ ਦੇ ਪੈਸੇ ਲੱਗੇ ਨੇ, ਇਤਨੇ ਦੇ ਵਿੱਚ ਜਿਹੜਾ ਨਾ ਸੋਲਰ ਪੰਪ ਵੀ ਲੱਗ ਜਾਣਾ। ਉਸਾਰੀ ਦੇ ਵਿੱਚ ਨਾ ਉਹ ਆਪਾਂ ਨੂੰ ਕੰਮ ਠੀਕ ਰਵੇ ਆ। ਹਾਂ ਉਹ ਚਲਾ ਦਿੱਤਾ ਜਿਵੇਂ ਧੁੱਪ ਨਿਕਲੀ ਹੋਈ ਨੇ।
ਮਿਸਾਲਾ ਜੀ ਬਣਾ ਲਿਆ ਹੈਗਾ ਤੇ ਉਧਰ ਨਾ ਵਾਰ ਲਾਣੇ ਸ਼ੁਰੂ ਕਰਤੇ ਨੇ ਕਿ ਇਨਸ਼ਾਅੱਲਾ ਤਾਲਾ ਸ਼ਾਮ ਤੱਕ ਉਮੀਦ ਹੈਗੀ ਕਿ ਇਸ ਸਾਈਡ ਤੋਂ ਨਾ ਪਰਦਾ ਬਣ ਜਾਵੇ, ਕਹਿੰਦੇ ਬਰਾਬਰ ਜੇ ਇਹਨਾਂ ਦੀਵਾਰ ਬਣ ਜਾਵੇਗੀ ਕਿਉਂਕਿ ਅੰਕਲ ਹੋਰ ਜੀ ਇਹਨਾਂ ਸਪੀਡੋ ਸਪੀਡ ਹੁਣ ਕੰਮ ਕਰ ਰਹੇ ਨੇ ਕਿ ਮਿਸਾਲਾ ਮੈਂ ਕੋਲ ਜੀ ਐਡਵਾਂਸ ਲਿਆ ਕੇ ਰੱਖ ਦਿੰਦਾ, ਇੱਟਾਂ ਜਿਹੜੀਆਂ ਨੇ ਉਹ ਵੀ ਨਾਲੋ ਨਾਲ ਤਾਰ ਕੀਤੀ ਜਾ ਰਹੇਗੇ ਤੇ ਬਸ ਕੁਛ ਟਾਈਮ ਤੱਕ ਜਿਹੜਾ ਨਾ ਇਨਸ਼ਾਅੱਲਾ ਤਾਂ ਅਸੀਂ ਦੇਖੋ ਜੇ ਵਾਰ ਮੁਕੰਮਲ ਹੋ ਜਾਣੀ ਫਿਰ ਪਰਲੀ ਸਾਈਡ ਉਸਾਰਾਂਗੇ। ਅਤੇ ਇਹਦੇ ਤਕਰੀਬਨ ਜਿਤਨੀ ਜਿਤਨੀ ਸਾਰੀ ਸੀਗੀ ਉਹਦੇ ਬਰਾਬਰ ਤੇ ਕਰੀ ਦੀ ਵਾਰ ਕੰਪਲੀਟ ਕਰ ਲਈ, ਸੁਬਹਾ ਇਹਦੇ 'ਤੇ ਗੋਵਾਂ ਕਰਕੇ ਹੋਰ ਵਾਰ ਦੇਵਾਂਗੇ ਅਤੇ ਅੰਕਲ ਹੋਰਾਂ ਲੱਗ ਗਿਆ ਇਹਨਾਂ ਨਾਲ ਇਧਰਲੀ ਸਾਈਡ 'ਤੇ ਵਾਰ ਜੇ ਇਹਨਾਂ ਦੇ ਬਰਾਬਰ ਹੀ ਕਰਾਵਣ ਲੱਗਿਆਂਗੇ, ਜਿੱਦਾਂ ਤੱਕ ਅੱਥ ਪੜ ਗਿਆ ਉੱਦਾਂ ਤੱਕ ਹੀ ਆਉਣਾ ਹੈਗਾ ਉਹ ਕੰਮ, ਕਿਉਂਕਿ ਗੋਵਾਂ ਫਿਰ ਕਰਨੀਆਂ ਪੈਣੀਆਂ ਸੁਬਹਾ ਕੰਮ ਕਰਾਂਗੇ। ਅਗਰ ਉਹ ਅਸੀਂ ਕੁਛ ਬਣਾ ਲੈਂਦੇ ਹਾਂ ਉਸ ਸਾਈਡ ਦੀ ਵਾਰ, ਫਿਰ ਅੱਗੇ ਇੱਥੇ ਵਿੱਚ 4 ਇੰਚ ਦੀ ਦੀਵਾਰਾਂ ਜਿਹੜੀਆਂ ਬਣਾਉਣੀਆਂ ਨੇ ਉਹ ਬਣਾਉਣ ਲੱਗ ਜਾਵਾਂਗੇ। ਅੰਮੀ ਜਾਣੀ ਅੱਜ ਸਾਰਾ ਦਿਨ ਨਲਕਾ ਹੀ ਗੇੜਦੀਆਂ ਰਹੀਆਂ ਨਹੀਂ ਆ, ਮੇਰੇ ਖੁਦ ਦਾ ਬਹੁਤ ਹੀ ਦਰਦ ਕਰ ਰਿਹਾ ਅਤੇ ਆਦੀ ਇਹ ਤਲੀ ਹੁੰਦੀ ਨਾ ਇਹ ਵੀ ਬਹੁਤ ਜ਼ਿਆਦਾ ਦਰਦ ਕਰ ਰਹੀ ਨਲਕਾ ਗੇੜ ਗੇੜ ਕੇ, ਅਤੇ ਮਸਾਲਾ ਪਹਿਲੇ ਵਾਲਾ ਖਤਮ ਹੋ ਗਿਆ ਸੀ ਇੱਕ ਬੋਰੀ ਦਾ, ਫਿਰ ਬਣਾ ਲਿਆ ਹੈਗਾ ਕਿ ਹੁਣ ਲਗਵਾ ਕੇ ਅਸੀਂ ਫਿਰ ਕਰ ਜਾਵਾਂਗੇ। ਅੱਜ ਤਾਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਨਾ ਪੈ ਰਿਹਾ। ਉਦੋਂ ਜਿਹੜਾ ਮੈਂ ਅੱਜ ਵਲੋਗ ਅਪਲੋਡ ਕੀਤਾ ਉਹਦੇ ਥੱਲੇ ਕਾਫੀ ਕਮੈਂਟ ਆਏ ਹੋਏ ਸੀ, ਅਸਨ ਤੁਹਾਡਾ ਨਾ ਇਹ ਆਪਣਾ ਘਰ ਹੈਗਾ, ਤੁਸੀਂ ਖਾਲਾਂ ਜਾਣ ਹੋਰਾਂ ਦਾ ਨਾ ਕਹਿ ਕੇ ਡਰਾਮਾ ਕਰ ਰਹੇ ਹੋ ਅਤੇ ਇਹਦੇ ਜਿਹੜਾ ਕੁਛ ਤੁਸੀਂ ਬਣਾ ਰਹੇ ਹੋ ਆਪਣੇ ਲਈ ਬਣਾ ਰਹੇ ਹੋ, ਤੁਸੀਂ ਆਪਣਾ ਦੂਸਰਾ ਘਰ ਬਣਾਉਂਦੇ ਵੀ ਹੋ, ਲੇਕਿਨ ਬਸ ਤੁਸੀਂ ਦੁਆ ਕਰੋ ਇਸ ਜਿਹੜਾ ਨਾ ਇਲਾਕਾ ਇਹਦੇ ਜਿੱਦੋਂ ਨਾ ਸਾਨੂੰ ਜ਼ਮੀਨ ਮਿਲ ਜਾਵੇ, ਇੱਥੋਂ ਬਹੁਤ ਸਸਤੀ ਜ਼ਮੀਨ ਹੈਗੀ, 20-30 ਹਜ਼ਾਰ ਰੁਪਏ ਤੋਂ ਮਰਲਾ ਮਿਲਦੀ ਹੈ, ਅਤੇ ਇੱਥੇ ਮੇਰਾ ਦਿਲ ਹੈਗਾ ਕਿ 10 ਮਰਲੇ ਦਾ ਇਸ ਤਰ੍ਹਾਂ ਦਾ ਸਾਨੂੰ ਮਿਲ ਜਾਵੇ ਨਾ ਕੋਈ ਪਲੋਟ, ਅਤੇ ਮੈਂ ਤੁਹਾਨੂੰ ਫੌਰਨ ਹੀ ਦੱਸਾਂਗਾ ਵਿਵਰਾਂ ਨੂੰ, ਮੈਂ ਵਿਵਰਾਂ ਤੋਂ ਅੱਜ ਤੀਕ ਕੋਈ ਗੱਲ ਛੁਪਾਈ ਨਹੀਂ ਹੈਗੀ। ਅਤੇ ਉਹਦੇ ਤਾਂ ਜਿਵੇਂ ਇਹ ਜਗ੍ਹਾ ਪਈ ਨਾ ਇਤਨੀ ਜਗ੍ਹਾ 'ਤੇ ਤਾਂ ਮੈਂ ਉਹਦੇ ਗਾਰਡਨ ਪਹਿਲੇ ਬਣਾਵਾਂਗਾ, ਬਾਕੀ ਗੱਲਾਂ ਬਾਅਦ ਦੀਆਂ ਨੇਗੀਆਂ, ਕਿਉਂਕਿ ਅੰਮੀ ਜਾਣ ਮੇਰਾ ਸ਼ੌਕ ਹੈਗਾ ਗਾਰਡਨ ਬਣਾਉਣਾ, ਲੇਕਿਨ ਤੁਹਾਨੂੰ ਪਤਾ ਹੈਗਾ ਕਿ ਜਿਹੜਾ
ਆਪਣਾ ਉਹਦਲਾ ਘਰ ਹੈ ਉਹ ਤਾਂ ਬਿਲਕੁਲ ਛੋਟਾ ਜਿਹਾ, ਛੋਟਾ ਤਾਂ ਨਹੀਂ ਉਹ ਵੀ 10 ਮਰਲੇ, ਲੇਕਿਨ ਲੰਮਾ ਜਿਹਾ ਹੈਗਾ। ਕਿਵੇਂ ਉਹਦੇ 'ਚ ਨਾ ਗਾਰਡਨ ਠੀਕ ਤਰ੍ਹਾਂ ਬਣ ਨਹੀਂ ਸਕਦਾ, ਜਿਸ ਤਰ੍ਹਾਂ ਚੌਰਸ ਪਲਾਟ ਹੈ ਨਾ, ਇਹ ਕਾਫੀ ਇਹਦੇ ਜਗ੍ਹਾ ਹੈਗੀ, ਅਤੇ ਜਿਵੇਂ ਹੁਣ ਇਹ ਕਰ ਲਓ ਗੇਟ ਦੇ ਨਾਲ ਹੀ ਇਸ ਜਗ੍ਹਾ 'ਤੇ ਸਿੱਧਾ ਗਾਰਡਨ ਬਣ ਜਾਵੇ ਇੰਨਾ ਵੱਡਾ, ਅਤੇ ਬਾਕੀ ਘਰ ਜਿਹੜਾ ਹੈਗਾ ਬੰਦਾ ਅਲੱਗ ਬਣਾ ਲਵੇ ਜਿੱਦਾਂ ਜਿਵੇਂ ਬਣਾਉਣਾ ਹੋਵੇ। ਖੁੱਲ੍ਹੀ ਜਗ੍ਹਾ ਹੈਗੀ ਘਰ ਬਣਾਉਣ ਲਈ, ਇਹ ਸਾਹਮਣੇ ਵਾਲੀ ਜ਼ਮੀਨ ਸੇਲ ਹੋਣੀ ਹੈਗੀ, ਲੇਕਿਨ ਇਹਦੇ ਨਾ ਮਾਲਕ ਦਾ ਕਨਫਰਮ ਪਤਾ ਨਹੀਂ, ਖਾਲੂ ਨੂੰ ਪਹਿਲੇ ਉਹ ਦੇਵਣ ਲੱਗੇ ਸੀਗੇ ਇਹਦੇ ਮਾਲਕ ਇਹ ਜ਼ਮੀਨ, ਲੇਕਿਨ ਉਹ ਖਾਲੂ ਨੂੰ ਪਤਾ ਹੈਗਾ, ਉਹਨਾਂ ਨੇ ਮੈਂ ਕੀਤੀ ਇੱਕ ਦੋ ਵਾਰੀ ਗੱਲ, ਮੈਂ ਕਿਹਾ ਸਾਨੂੰ ਨਾ ਪਤਾ ਕਰ ਦਿਓ ਅਗਰ ਇਹ ਮਿਲਦੀ ਹੈ ਨਾ, ਇਹ ਫਰੰਟ 10 ਮਰਲੇ ਲੈ ਦਿਓ, ਕਾਫੀ ਚੌਰਸ ਹੋਵੇਗੀ ਇਹਦੇ, ਜਿਹੜਾ ਅਸੀਂ ਗਾਰਡਨ ਵਗੈਰਾ ਬਣਾਵਾਂਗੇ, ਕੁਝ ਸਬਜ਼ੀਆਂ ਵਗੈਰਾ ਗੱਡੀਆਂ ਕਰਾਂਗੇ, 4 ਦੀਵਾਰੀ ਬਣਾ ਲਵਾਂਗੇ, ਅਤੇ ਬੜਾ ਜਾਣਾ ਜ਼ਬਰਦਸਤ ਹੋ ਜਾਵੇਗਾ ਕੰਮ। ਲੇਕਿਨ ਇਨਸ਼ਾਅੱਲਾ ਤਾਲਾ ਇਰਾਦਾ ਹੈਗਾ ਕਰਾਂਗੇ। ਇੱਕ ਤਾਂ ਨਾ ਇੱਥੇ ਪਿੰਡਾਂ ਥਾਵਾਂ 'ਤੇ ਜ਼ਮੀਨਾਂ ਜਿਹੜੀਆਂ ਨਾ ਕਾਫੀ ਸਸਤੀਆਂ ਮਿਲ ਜਾਂਦੀਆਂ ਉਧਰੋਂ ਨਾ, ਉਹ ਜਿਵੇਂ ਸ਼ਹਿਰਾਂ 'ਚ ਇੰਸਟਾਲਮੈਂਟ 'ਤੇ ਮਿਲਦੇ ਨੇ ਪਲਾਟ, ਉਹਦੇ ਨਾਲ ਤਾਂ ਫਿਰ ਉਹ ਜਿਵੇਂ 1 ਲੱਖ ਰੁਪਏ ਦਾ ਪਲਾਟ ਹੋਵੇ 1.5 ਲੱਖ ਦਾ ਦਿੰਦੇ ਨੇ, ਪਿੰਡਾਂ ਥਾਵਾਂ 'ਤੇ ਅਗਰ ਚੀਜ਼ ਹੈ ਨਾ 1 ਲੱਖ ਰੁਪਏ ਦੀ, ਉਹ 1 ਲੱਖ ਰੁਪਇਆ ਹੀ ਲੈਂਦੇ ਨੇ, ਥੋੜ੍ਹੇ ਥੋੜ੍ਹੇ ਕਰਕੇ ਲੈ ਲੈਂਦੇ ਨੇ। ਅਤੇ ਇਸੇ ਤਰ੍ਹਾਂ ਨਾ ਥੋੜ੍ਹੇ ਥੋੜ੍ਹੇ ਪੈਸੇ ਜਿਵੇਂ ਕਿ ਉਹਨਾਂ ਨੂੰ ਪਹਿਲੇ 1 ਲੱਖ ਦੇ ਦੇਈਏ, ਬਾਅਦ ਜਿਵੇਂ ਉਹਨਾਂ ਨੂੰ 40-50 ਹਜ਼ਾਰ ਦੀ ਜ਼ਰੂਰਤ ਪਵੇ, ਉਵੇਂ ਇਸ ਜ਼ਮੀਨ ਦੇ ਮਾਲਕ ਨੂੰ ਜਾਂ ਹੋਰ ਇੱਥੋਂ ਕਿੱਧਰੋਂ ਮਿਲ ਜਾਂਦੀ ਜ਼ਮੀਨ ਉਹਦੇ ਮਾਲਕ ਨੂੰ ਦਿੱਤੀ ਰੱਖਾਂਗੇ। ਅਗਰ ਇੱਥੋਂ ਸਾਨੂੰ ਮਿਲ ਜਾਂਦੀ ਨਾ, ਨਾਲ ਹੀ ਖਾਲਾ ਜਾਨਵਰਾਂ ਦਾ ਘਰ ਹੋਵੇਗਾ, ਇੱਥੇ ਸਾਡਾ ਘਰ ਹੋਵੇਗਾ, ਫਿਰ ਸਾਨੂੰ ਅਗਰ ਇੱਥੇ ਆ ਕੇ ਰਹਿਣਾ ਹੀ ਪੈਂਦਾ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇ। ਬਸ ਤੁਸੀਂ ਦੁਆ ਕਰੋ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਅਗਰ ਇੱਥੋਂ ਕਿੱਧਰੋਂ ਮਿਲਦਾ ਨਾ ਪਲੋਟ, ਅਤੇ ਇਨਸ਼ਾਅੱਲਾ ਤਾਲਾ ਲੈ ਕੇ ਇੱਥੇ ਘਰ ਬਣਾਵਾਂਗੇ। ਘਰ ਜਿਵੇਂ ਬਣਿਆ ਨਾ ਕੱਚਾ ਕੱਚਾ ਜਿਹਾ, ਇਹੋ ਜਿਹੇ ਮੈਨੂੰ ਮਾਹੌਲ ਬਹੁਤ ਪਸੰਦ ਹੈ। ਇਸ ਤਰ੍ਹਾਂ ਕਰ ਲਓ ਜਾਂ ਕੋਈ ਪੱਕਾ ਘਰ ਬਣਾ ਲਵਾਂਗੇ, ਇੱਕ ਕਮਰਾ ਬੰਦਾ ਇੱਕ ਸਾਈਡ 'ਤੇ ਪੱਕਾ ਬਣਾ ਲਦਾ, ਇੱਕ ਇਸ ਤਰ੍ਹਾਂ ਦਾ ਕੱਚਾ ਘਰ ਕਮਰਾ ਬਣਾ ਕੇ ਨਾਲ ਕੱਚਾ ਕਿਚਨ, ਸਾਰੀ ਜਿਹੜੇ ਨਾ ਕੱਚਾ ਕੱਚਾ ਮਾਹੌਲ ਜਿਵੇਂ ਦੇਸੀ ਪਹਿਲੇ ਦੇ ਘਰ ਹੁੰਦੇ ਸੀ, ਇਸ ਤਰ੍ਹਾਂ ਦਾ ਘਰ ਇਨਸ਼ਾਅੱਲਾ ਤਾਲਾ ਬਣਾਵਾਂਗੇ, ਨਾਲ ਗਾਰਡਨ ਹੋ ਗਿਆ। ਆਪਣੇ ਜਿਹੜੇ ਸ਼ੌਕ ਨੇ ਉਸ ਘਰ 'ਚ ਇਨਸ਼ਾਅੱਲਾ ਤਾਲਾ ਪੂਰੇ ਕਰਾਂਗੇ, ਕਿਉਂਕਿ ਉੱਧਰ ਤਾਂ ਫਿਰ ਪੂਰਾ ਘਰ ਪੱਕਾ ਬਣਿਆ ਹੋਇਆ। ਇੱਥੇ ਕੱਚਾ ਕੱਚਾ ਘਰ ਬਣਾਵਾਂਗੇ ਵਿਲੇਜ ਟਾਈਪ, ਅਤੇ ਸਸਤੀ ਵੀ ਕਾਫੀ ਜ਼ਮੀਨ ਹੈਗੀ, ਆਉਣ ਵਾਲੇ ਟਾਈਮ ਫਿਰ ਜ਼ਮੀਨ ਵੱਧ ਵੀ ਜਾਵੇਗੀ। ਅਤੇ ਵੈਸੇ ਵੀ ਅਸੀਂ ਦੋਵਾਂ ਬਾਈਆਂ ਦੇ ਕੰਮ ਵੀ ਆ ਜਾਵੇਗੀ, ਜਿਵੇਂ ਕਿ ਸੁਨੈਣ ਹੈ ਨਾ, ਜਾਂ ਮੈਂ ਇੱਥੇ ਘਰ ਬਣਾ ਲਵਾਂਗੇ, ਸੁਨੈਣ ਨੂੰ ਉਹ ਦੇ ਦੇਵਾਂਗੇ, ਇਸ ਤਰ੍ਹਾਂ ਵੀ ਜਿਹੜਾ ਨਾ ਹੋ ਸਕਦਾ ਹੈਗਾ। ਇਸੇ ਵਜ੍ਹਾ ਤੁਸੀਂ ਨਾ ਇਸ ਇਲਾਕੇ 'ਚ ਵੈਸੇ ਤਾਂ ਅਗਰ 20 ਮਰਲੇ ਮਿਲ ਜਾਵੇ ਨਾ ਤਾਂ ਬਿਹਤਰ ਹੈਗਾ, ਅਸੀਂ ਦੋਨੇ ਬਾਈ 10-10 ਮਰਲੇ ਕਰ ਲਵਾਂਗੇ, ਅਤੇ 20 ਮਰਲੇ ਤਕਰੀਬਨ ਇੱਥੋਂ ਕਰ ਲਓ 4 ਲੱਖ ਰੁਪਏ ਦੇ ਮਿਲਣਗੇ ਉਹਨਾਂ ਨੂੰ, 20-30 ਹਜ਼ਾਰ 40-40 ਹਜ਼ਾਰ ਰੁਪਏ ਕਰਕੇ ਅਸੀਂ ਉਹਨਾਂ ਨੂੰ ਦਿੱਤੀ ਰੱਖਾਂਗੇ। ਖਾਲਾ ਜਾਣਾ ਉਹਨਾਂ ਨੇ ਲਿਆ, ਅਤੇ ਇਹਨਾਂ ਨੇ ਹਾਲੇ ਤੱਕ ਕੁਛ ਪੈਸੇ ਦਿੱਤੇ ਨੇਗੇ, ਕੁਛ ਪੈਸੇ ਹਾਲੇ ਤੱਕ ਰਹਿੰਦੇ ਨੇ। ਉਹਨਾਂ ਨੇ ਇਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਚਾਹੇ ਆਪਣੇ ਨਾਮ ਲਗਵਾਉਣਾ, ਨਾਮ ਵੀ ਲਗਵਾ ਲਓ, ਲੇਕਿਨ ਇਹਨਾਂ ਨੇ ਕਿਹਾ ਨਹੀਂ ਹਾਲੇ ਤੱਕ ਸਾਡੇ ਗੁੰਜਾਇਸ਼ ਨਹੀਂ ਨਾਮ ਲਗਵਾਉਣ ਦੀ, ਅਤੇ ਅਸੀਂ ਇੱਕ ਪੈਸੇ ਸਾਰੇ ਲਾ ਲਈਏ, ਉਸ ਤੋਂ ਬਾਅਦ ਫਿਰ ਨਾਮ ਲਗਵਾ ਦੇਵਾਂਗੇ। ਅਤੇ ਬੈਠੇ ਨੇ ਕਿ ਸਕੂਨ ਨਾਲ, ਕੋਈ ਟੈਨਸ਼ਨ ਨਹੀਂ, ਪਰੇਸ਼ਾਨੀ ਨਹੀਂ। ਪਿੰਡਾਂ ਥਾਵਾਂ 'ਤੇ ਧੋਖਾਦਾਰੀ ਨਹੀਂ ਹੁੰਦੀ, ਜਿਵੇਂ ਕਿ ਸ਼ਹਿਰਾਂ 'ਚ ਕੋਈ ਹੋ ਜਾਂਦੀ ਕਬਜ਼ਾ ਵਗੈਰਾ ਬਾਅਦ ਕਰ ਲੈਂਦੇ ਨੇ ਪੈਸੇ ਲੈ ਕੇ, ਹਾਂਜੀ ਇੱਥੇ ਨਹੀਂ ਹੁੰਦਾ ਹੁੰਦਾ ਹੈਗਾ। ਵੈਸੇ ਅੱਬੂ ਜਾਨ ਦੇ ਹੁਣ ਤਾਂ ਕਰਜ਼ੇ ਵਗੈਰਾ ਲੱਥੇ ਖੜੇ ਨੇ, ਥੋੜ੍ਹੇ ਬਹੁਤੇ ਰਹਿ ਗਏ ਨੇਗੇ, ਇਨਸ਼ਾਅੱਲਾ ਤਾਲਾ ਉਹ ਹੀ ਇੱਕ ਨਾ ਇੱਕ ਦਿਨ ਸਾਰੇ ਲੈ ਜਾਣੇ ਨੇ, ਉਸ ਤੋਂ ਬਾਅਦ ਫਿਰ ਐਵੇਂ ਘਰ ਵਗੈਰਾ ਹੀ ਬਣਾਉਣੇ ਨੇਗੇ ਸਾਰੀ ਜ਼ਿੰਦਗੀ। ਅਤੇ ਆਪਣਾ ਕੋਈ ਜਿਹੜਾ ਹੈਗਾ ਸ਼ੌਕ ਨੇਗੇ ਦਿੱਲੀ, ਇਨਸ਼ਾਅੱਲਾ ਤਾਲਾ ਉਹ ਵੀ ਪੂਰੇ ਹੀ ਕਰਨੇ ਨੇਗੇ। ਵੈਸੇ ਜਿਹੜੇ ਮੇਰੇ ਭੈਣ ਭਾਈਆਂ ਨੇ ਥੱਲੇ ਕਮੈਂਟ ਕੀਤੇ ਨੇ, ਸੋਚਦੇ ਉਹ ਵੀ ਠੀਕ ਹੋਣੇ ਨੇਗੇ। ਉਹਨਾਂ ਨੂੰ ਇਹੀ ਹੈਗੀ ਕਿ ਆਸਾਂ ਜਿਹੜਾ ਨਾ ਆਪਣੇ ਘਰ 'ਚ ਇਤਨਾ ਜ਼ਿਆਦਾ ਨਹੀਂ ਕੰਮ ਕਰਦਾ ਹੈਗਾ, ਇਤਨਾ ਜ਼ਿਆਦਾ ਕੰਮ ਆਪਣੀ ਖਾਲਾ ਔਰਾਂ ਦੇ ਘਰ ਕਰ ਰਿਹਾ ਹੈਗਾ। ਇਹਦਾ ਮਤਲਬ ਇਹੀ ਹੈਗਾ ਕਿ ਇਹਨਾਂ ਦਾ ਆਪਣਾ ਹੀ ਘਰ ਜੀ ਇਤਨੀ ਮਿਹਨਤ ਕਰ ਰਿਹਾ ਹੈਗਾ। ਇਹ ਸਮਝ ਲਓ ਮੈਂ ਆਪਣਾ ਘਰ ਹੀ ਸਮਝ ਕੇ ਕੰਮ ਇੱਥੇ ਕਰ ਰਿਹਾ ਹੈਗਾ, ਕਿਉਂਕਿ ਮੇਰੀ ਦਿਲ ਇਹੀ ਹੈ ਕਿ ਜਿਤਨਾ ਹੋ ਸਕੇ ਨਾ ਜਲਦੀ ਖਾਲਾ ਜਾਣਾ ਵਾਸ਼ਰੂਮ ਜਿਹੜੇ ਨਾ ਪਹਿਲੇ ਕੰਪਲੀਟ ਕਰਵਾਈਏ, ਜਿਵੇਂ ਕਿ ਤੁਹਾਨੂੰ ਪਤਾ ਨਲਕਾ ਵੀ ਜਲਦੀ ਜਲਦੀ 'ਚ ਲਗਵਾਇਆ ਹੈਗਾ, ਅਤੇ ਫਿਰ ਪਿੱਛੋਂ ਘਰ ਬਾਹਰ ਦਾ ਹੀ ਤੁਹਾਨੂੰ ਪਤਾ ਉੱਧਰ ਹੀ ਦੇਖਣਾ ਹੁੰਦਾ ਨਾ ਉਹੀ ਸਾਰਾ ਨਿਜ਼ਾਮ। ਉਸ ਤੋਂ ਅੱਟ ਕੇ ਇੱਕ ਦੋ ਹੋਰ ਹੀ ਮੇਰੇ 'ਤੇ ਜ਼ਿੰਮੇਵਾਰੀਆਂ ਨੇਗੀਆਂ, ਖਾਲਾ ਜਾਣ ਵਾਲੇ ਘਰ ਦਾ ਤਾਂ ਨਹੀਂ ਕੰਮ ਹੈਗਾ, ਔਰ ਕੰਮ ਕਰਵਾਉਣਾ ਇਨਸ਼ਾਅੱਲਾ ਤਾਲਾ ਅਗਲੇ ਵਲਾਗਾਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਸਰਪ੍ਰਾਈਜ਼ ਨੇਗੇ।
ਤੇ ਆਪਣੇ ਫੋਨ ਦੀ ਬੈਟਰੀ ਕੰਮ ਹੈਗੀ ਵੈਸੇ ਮਸਾਲਾ ਜਿਹਾ ਉਹਦੇ ਕੋਲ ਪਾਣੀ ਪਾ ਲਿਆ ਹੋਇਆ ਗੁਲਸ਼ਨ ਦੇ ਚੋਰ ਪਾਣੀ ਪਾਉਣਾ ਆ ਗਿਆ ਤੇ ਇਨਸ਼ਾਅੱਲਾ ਤਾਲਾ ਦੀਵਾਰ ਕੰਪਲੀਟ ਹੋਣ ਤੋਂ ਬਾਅਦ ਫਿਰ ਮਿਲਦੇ ਹਾਂ ਸੈੱਡਾਂ ਵਾਲੀਆਂ ਦੋਨੇ ਦੀਵਾਰਾਂ ਬਣ ਗਈਆਂ ਹੋਈਆਂ ਨੇਗੀਆਂ ਅੰਕਲ ਉਹਨਾਂ ਕੋਲ ਕੁਛ ਇਹ ਵਾਰ ਦੀਵਾਰੇ ਨੇਗੇ ਸੈਂਟਰ ਵਿੱਚ ਅਤੇ ਇਹ ਸਾਈਡ ਵਾਲ ਜਿਹਾ ਵਾਰ ਨੇਗੇ ਵੀ ਕੰਪਲੀਟ ਕਰਾਉਣ ਲੱਗੇ ਹਾਂ ਰਾਤ ਹੋ ਗਈ ਹੋਈ ਹੈਗੀ ਲੇਕਿਨ ਮੈਂ ਇਹ ਸੋਚਿਆ ਜੇ ਉਹ ਮਸਾਲਾ ਬਣਾਇਆ ਲਾ ਕੇ ਜਾਈਏ ਬਹੁਤ ਲੇਟ ਹੋ ਜਾਣੀ ਹੈਗੀ ਅੰਕਲ ਉਹਨਾਂ ਨੇ ਵੀ ਇੱਥੇ ਜਾਣਾ ਨਾਲ ਵਾਲੀ ਆਬਾਦੀ ਜਿਵੇਂ ਕੱਲ੍ਹ ਦੰਦ ਦੱਸ ਰਿਹਾ ਸੀਗਾ ਅਤੇ ਮਸਾਲਾ ਤਕਰੀਬਨ ਇੱਕ ਬੱਠਾ ਲਈ ਪਿਆ ਹੈਗਾ ਚੱਲ ਕੇ ਦੰਦ ਖਾਨਾ ਇੱਕ ਬੱਠਾ ਦੇ 'ਚ ਇੱਧਰ ਪਿਆ ਕੁਛ ਮਸਾਲਾ ਅਤੇ ਕੋਈ ਇਹ ਮਸਾਲਾ ਪਿਆ ਹੈਗਾ ਇਹ ਮੇਰਾ ਦਿਲ ਲੱਗ ਹੀ ਜਾਵੇ ਬਿਹਤਰ ਇਹ ਸੁੱਕਾ ਪਿਆ ਸਾਈਡ 'ਤੇ ਕਰ ਲਵਾਂਗੇ ਗਿੱਲਾ ਗਿੱਲਾ ਇਹ ਚੱਕ ਲੈਂਦੇ ਹਾਂਗੇ ਚਲੋ ਖਰਾਬ ਨਾ ਹੋ ਜਾਵੇ ਸੁਬਾਹ ਤਾਂ ਖਰਾਬ ਹੋ ਜਾਣਾ ਸੀ ਇਸ ਸਾਈਡ 'ਤੇ ਦੇਖੋ ਕਿੰਨਾ ਖੂਬਸੂਰਤ ਮੰਜ਼ਰ ਮਾਸ਼ਾਅੱਲਾ ਇੱਧਰ ਸੂਰਜ ਗਰੂਬ ਹੋਇਆ ਨਾ ਅਤੇ ਉਵੇਂ ਹਾਲੇ ਤੱਕ ਜਿੰਨਾ ਸ਼ੈਡੋ ਬਣੇ ਹੋਏ ਨੇਗੇ ਬਹੁਤ ਪਿਆਰੇ ਵੈਸੇ ਤਾਂ ਚੰਨ ਵੀ ਨਿਕਲਿਆ ਉੱਤੇ ਦੇਖੋ ਜਿਵੇਂ ਬਲਬ ਬਲ ਰਿਹਾ ਉਸ ਤਰ੍ਹਾਂ ਹੈਗਾ ਬਹੁਤ ਜੈਨ ਇਹਦੀ ਇਹਦਾ ਕਾਫੀ ਫਾਇਦਾ ਹੈ ਰੋਸ਼ਨੀ ਹੈਗੀ ਚੰਨ ਦੀ ਜਿਸ ਵਜ੍ਹਾ ਤੋਂ ਇਤਨਾ ਤੇਜ਼ੀ ਨਾਲ ਚਲੋ ਅਸੀਂ ਕੰਮ ਕਰ ਪਾ ਰਹੇ ਹਾਂਗੇ ਬਾਕੀ ਜਿੰਨੇ ਕੁ ਵਾਰ ਲੱਗਦੇ ਸੀਗੇ ਅੰਕਲ ਹੋਰਾਂ ਨੇ ਉੱਥੇ ਲਾ ਦਿੱਤੇ ਨੇ ਮਸਾਲਾ ਖਤਮ ਹੋ ਗਿਆ ਹੁਣ ਸੁਬਾਹ ਹੀ ਇਨਸ਼ਾਅੱਲਾ ਤਾਲਾ ਬਾਕੀ ਦਾ ਕੰਮ ਕਰਾਂਗੇ ਸੁਬਾਹ ਹੀ ਆ ਕੇ ਤੁਹਾਨੂੰ ਦਿਖਾਵਾਂਗਾ ਖਾਲਾ ਬੱਚੇ ਜੋ ਹੀ ਰੋ ਰਹੇ ਨੇਗੇ ਇੱਥੇ ਇਹਨਾਂ ਨੂੰ ਰਾਤ ਰਹਿਣਾ ਪੈਣਾ ਹੈਗਾ ਇੱਕ ਬਿਜਲੀ ਦਾ ਕੋਈ ਇੰਤਜ਼ਾਮ ਨਹੀਂ ਬਿਲਕੁਲ ਕੋਪਨ ਤੇਰਾ ਹੈਗਾ ਅਸੀਂ ਦੇਖੋ ਮਾੜੀ ਮੋਟੀ ਚਾਨਣੀ ਰਾਤ ਹੈਗੀ ਚੰਨ ਜਿਹਾ ਨਿਕਲਿਆ ਹੋਇਆ ਤਾਂ ਉਸ ਵਜ੍ਹਾ ਤੋਂ ਕੋਈ ਨਾ ਕੋਈ ਰੋਸ਼ਨੀ ਹੈਗੀ ਅਸੀਂ ਬਾ ਘਰ ਨਿਕਲਣ ਲੱਗੇ ਤਾਂ ਕਾਫੀ ਲੇਟ ਹੋ ਗਿਆ ਸਫ਼ਰ ਤੋਂ ਕਾਫੀ ਬਣ ਜਾਣਾ ਹੈਗਾ ਅਤੇ ਉਹ ਖਾਲੂ ਜਵੇਦ ਵੀ ਆ ਗਿਆ ਹੈਗਾ ਉਹ ਫਿਰ ਚੱਲ ਕੇ ਛੱਡ ਆਉਂਦਾ ਅੰਕਲ ਮਿਸਤਰੀ ਹੋਰਾਂ ਜਿੱਥੇ ਇੱਥੇ ਰਿਸ਼ਤੇਦਾਰ ਨੇ ਉਹਨਾਂ ਦੇ ਇੱਥੋਂ ਵਿਚਾਰੇ ਪੈਦਲ ਕਿਵੇਂ ਜਾਣਗੇ ਤੋੜ ਤੱਕ ਲੈਟ ਨਹੀਂ ਹੈਗੇ ਇੱਥੇ ਬਸਤੀ ਦੇ ਵਿੱਚ ਅਤੇ ਅਸੀਂ ਜੇ ਆਪਣੇ ਮੋਟਰਸਾਈਕਲ ਚੱਲਣੇ ਆਗੇ ਬਸ ਜਲਦੀ ਜਲਦੀ ਘਰ ਘਰ ਚੱਲ ਕੇ ਫਿਰ ਮਿਲਣੇ ਆ ਵਾਪਸ ਘਰ ਜੀ ਅਸੀਂ ਆ ਗਏ ਆਂਗੇ ਲੇਕਿਨ ਥੱਕਿਆ ਮੈਂ ਇਤਨਾ ਜ਼ਿਆਦਾ ਨਾਵਣ ਕਾ ਨਹੀਂ ਦਿਲ ਕਰ ਰਿਹਾ ਲੇਕਿਨ ਜਿਹੜੀ ਮੇਰੀ ਹੁਲੀਆ ਬਣੇ ਹੋਇਆ ਨਾ ਨਾਵਣਾ ਤਾਂ ਬਣਦਾ ਹੈਗਾ ਕਿਉਂਕਿ ਦੇਖੋ ਲੱਤਾਂ ਸਾਰੀਆਂ ਜਿਹੜੀਆਂ ਤਰੱਕੀਆਂ ਹੋਈਆਂ ਨੇ ਸੀਮੈਂਟ ਨਾਲ ਉੱਥੇ ਮੈਂ ਜਲਦੀ ਜਲਦੀ ਬਸ ਧੋਤੀਆਂ ਹੀ ਨੇਗੀਆਂ ਉਹ ਨਾ ਪੱਕਾ ਪੱਕਾ ਨਾ ਸੀਮੈਂਟ ਉੱਤੇ ਲੱਗ ਜਾਵੇ ਲੇਕਿਨ ਕੋਈ ਨਹੀਂ ਉੱਤੇ ਸਿੱਧਾ ਲਾਵਾਂ ਨਾਲ ਨਾ ਹਟ ਜਾਵੇਗਾ ਉੱਥਾਂ 'ਤੇ ਉਵੇਂ ਸਾਰਾ ਸੀਮੈਂਟ ਲੱਗਿਆ ਪਿਆ ਹੈਗਾ ਮੈਂ ਜਲਦੀ ਜਲਦੀ ਨਿਕਲ ਆਇਆ ਕਿਉਂਕਿ ਪਹਿਲੇ ਕਾਫੀ ਲੇਟ ਹੋਏ ਖੜ੍ਹੇ ਸੀਗੇ ਚਲੋ ਕੋਈ ਨਾ ਇਹ ਸਾਰਾ ਜਿਹੜਾ ਨਾ ਹੁਣੇ ਰਿਮੂਵ ਕਰਨੇ ਹੱਥਾਂ ਤੋਂ ਕਿਵੇਂ ਨਾ ਕਿਵੇਂ ਸਾਬਣ ਵਗੈਰਾ ਅੱਛੀ ਤਰ੍ਹਾਂ ਲਾਵਾਂ ਨਾਲ ਨਾ ਅਤੇ ਨਾ ਨੂੰ ਕੇ ਕੱਪੜੇ ਵਗੈਰਾ ਚੇਂਜ ਕਰਨਾ ਆ ਗਿਆ ਫਰੈਸ਼ ਹੋਣਾ ਆ ਗਿਆ ਵੀਡੀਓ ਜੀ ਐਡੀਟਿੰਗ 'ਤੇ ਲਾ ਕੇ ਉਸ ਤੋਂ ਬਾਅਦ ਹੀ ਕਿਉਂਕਿ ਡੇਲੀ ਦੀ ਮੇਰੀ ਉਹ ਰੂਟੀਨ ਇੱਕ ਬਣ ਗਈ ਪਹਿਲੇ ਵੀਡੀਓ ਐਡੀਟਿੰਗ 'ਤੇ ਲਾਉਣਾ ਆ ਗਿਆ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਨੂੰ ਕੇ ਉਦੋਂ ਤਾਂ ਕਰਨਾ ਆ ਗਿਆ ਵੀਡੀਓ ਐਡੀਟਿੰਗ ਹੋਈ ਪਈ ਹੁੰਦੀ ਹੈਗੀ ਫਿਰ ਜਿਹੜਾ ਨਾ ਇਹਨੂੰ ਅਪਲੋਡ 'ਤੇ ਲਾ ਕੇ ਅਗਰ ਹੋ ਜਾਵੇ ਅਪਲੋਡ ਠੀਕ ਹੈ ਜੇ ਨਾ ਅਪਲੋਡ ਹੋਵੇ ਤਾਂ ਫਿਰ ਸਾਰੀ ਰਾਤ ਅਪਲੋਡ ਹੀ ਹੁੰਦੀ ਰਹਿੰਦੀ ਜਿਵੇਂ ਕੱਲ੍ਹ ਹੋਇਆ ਹੈਗਾ ਫਿਰ ਦੁਪਹਿਰ ਟਾਈਮ ਹੀ ਅੱਗੇ ਅਪਲੋਡ ਵੈਸੇ ਅਗਰ ਰਾਤ ਨੂੰ ਮੇਰਾ ਵਲੌਗ ਨਾ ਆਵੇ ਤਾਂ ਫਿਰ ਇੰਤਜ਼ਾਰ ਤੁਸੀਂ ਨਾ ਕੀਤਾ ਕਰੋ ਫਿਰ ਸੁਬਾਹ ਤਕਰੀਬਨ 11-12 ਵਜੇ ਇਹਨਾਂ ਵਲੌਗ ਆਇਆ ਕਰੇਗਾ ਕਿਉਂਕਿ ਰਾਤ ਨੂੰ ਮੈਂ ਅਗਰ ਥੱਕਿਆ ਹੋਵਾਂ ਨਾ ਤਾਂ ਟਾਈਮੋ ਟਾਈਮ ਹੀ ਸੋ ਜਾਂਦਾ ਫਿਰ ਕੋਸ਼ਿਸ਼ ਮੇਰੀ ਹੁੰਦੀ ਕਿ ਅਗਲੇ ਦਿਨ ਨਾ 11-12 ਵਜੇ ਦੁਪਹਿਰ ਟਾਈਮ ਮੈਂ ਵਲੌਗ ਅਪਲੋਡ ਕਰਨਾ ਹੁੰਦਾ ਹੈਗਾ ਉਹ ਦੁਕਾਨ ਜਿਹੜੀ ਉਹ ਵੀ ਉੱਧਰ ਖੁੱਲ੍ਹੀ ਪਈ ਹੈਗੀ ਅੰਮੀ ਜਾਨ ਹੀ ਇੱਧਰ ਘਰ ਫਿਰਦੀਆਂ ਨੇਗੀਆਂ ਅਬੂ ਜਾਨ ਜੇ ਨਹਾਉਣ ਨਾ ਨੂੰ ਕੇ ਤਾਂ ਫਰੈਸ਼ ਹੋ ਕੇ ਸੋ ਗਏ ਨੇਗੇ ਅਤੇ ਮੈਂ ਬਸ ਜਿਹੜਾ ਨਾ ਵੀਡੀਓ ਐਡੀਟਿੰਗ ਕਰਨ ਲੱਗਿਆ ਇੱਥੇ ਅੰਦਰ ਹੀ ਬੈਠ ਕੇ ਅਤੇ ਉਸ ਤੋਂ ਬਾਅਦ ਅਪਲੋਡ 'ਤੇ ਲਾ ਕੇ ਅਤੇ ਸਕੂਨ ਆਇਆ ਨਾ ਨੂੰ ਕੇ ਕੱਪੜੇ ਵਗੈਰਾ ਜਿਹਾ ਚੇਂਜ ਕਰਨਾ ਆ ਗਿਆ ਅਤੇ ਵੈਸੇ ਨਾ ਪੱਖੇ ਦੀ ਇੱਥੇ ਬੜੀ ਹਵਾ ਲੱਗ ਰਹੀ ਸਾਰਾ ਦਿਨ ਉੱਥੇ ਉਹ ਗਰਮੀ ਬਹੁਤ ਜ਼ਿਆਦਾ ਸੀ ਨਾ ਕੰਮ ਕੀਤਾ ਦਿਲ ਕਰ ਰਿਹਾ ਇੱਥੇ ਬੈਠਾ ਹੀ ਰਿਹਾ ਕੋਈ ਨਹੀਂ ਬੈਠ ਕੇ ਐਡੀਟਿੰਗ ਕਰਨੇ ਆ ਗਏ ਉਦੋਂ ਮਾਸ਼ਾਅੱਲਾ ਦੁਕਾਨ ਜਿਹੜੀ ਸਾਨੂੰ ਪਤਾ ਹੈਗਾ ਸਮਾਨ ਵਗੈਰਾ ਲਿਆ ਸੀ ਨਾ ਅਤੇ ਕਾਫੀ ਸਮਾਨ ਪਿਆ ਹੈਗਾ ਅਤੇ ਇਨਸ਼ਾਅੱਲਾ ਤਾਲਾ ਸਟੈਪ ਬਾਏ ਸਟੈਪ ਫਿਰ ਨਾ ਹੋਰ ਵੀ ਸਮਾਨ ਜਿਹੜਾ ਵਿੱਚ ਕੰਮ ਹੁੰਦਾ ਗੇ ਉਹ ਪੂਰਾ ਕਰਦੇ ਜਾਵਾਂਗੇ ਨਾਲ ਨਾਲ ਹਾਲੀ ਤੱਕ ਆਪਣਾ ਜਿਹਾ ਕੱਪੜਿਆਂ ਵਾਲਾ ਕਾਰੋਬਾਰ ਹੈ ਨਾ ਥੋੜ੍ਹਾ ਜਿਹਾ ਮੱਠਾ ਹੋ ਗਿਆ ਕਿਸ ਵਜ੍ਹਾ ਤੋਂ ਕਿ ਜਿਹੜਾ ਲਾਹੌਰ ਗਏ ਸੀ ਨਾ ਪੈਸੇ ਉੱਧਰ ਖੜੇ ਜਿੱਥੇ ਆਉਣਗੇ ਅਸੀਂ
ਘੁੰਮਣ ਫਿਰਨ ਲੇਕਿਨ ਉਦਾਂ ਹੀ ਇਤਨਾ ਮਜ਼ਾ ਆਇਆ ਅਤੇ ਆਪਣੇ ਕੱਪੜੇ ਵਾਲੇ ਪੈਸੇ ਨਾਲ ਵੀ ਖਰਚੇ ਗਏ ਕੁਛ ਪਏ ਨੇ ਕੱਪੜੇ ਲੇਕਿਨ ਉਹ ਪੁਰਾਣੇ ਡਿਜ਼ਾਇਨ ਪੈਣਗੇ ਪਸੰਦ ਨਹੀਂ ਆਏ ਸੀਗੇ ਮਹੱਲੇ ਵਾਲੀਆਂ ਆਂਟੀਆਂ ਨੂੰ ਲੇਕਿਨ ਇਨਸ਼ਾਅੱਲਾ ਤਾਲਾ ਨਾਲ ਨਵੇਂ ਕੱਪੜੇ ਲੈ ਆਉਂਦੇ ਹਾਂਗੇ ਜਿਵੇਂ ਕੁਛ ਪੈਸੇ ਆਉਂਦੇ ਨਾ ਕਿੱਧਰੋਂ ਇਨਸ਼ਾਅੱਲਾ ਤਾਲਾ ਨਵੇਂ ਕੱਪੜੇ ਵੀ ਹੋਰ ਲੈ ਆਵਾਂਗੇ ਡਿਜ਼ਾਇਨ ਜਿਹੜੇ ਨੇਗੇ ਕਿਉਂਕਿ ਅਗਰ ਉਹ ਈਦ ਦੇ ਜਿਹੜੇ ਸਾਡੇ ਕੋਲ ਸੇਲ ਪਈ ਸੀ ਨਾ ਕੱਪੜਿਆਂ ਦੀ ਉਹਨਾਂ ਦੇ ਅਸੀਂ ਹੋਰ ਕੱਪੜੇ ਲੈ ਆਉਂਦੇ ਤੋਂ ਉਹ ਵੀ ਸੇਲ ਹੋ ਗਏ ਹੋਣੇ ਸੀਗੇ ਨਾਲ ਜਿਹੜੇ ਪਏ ਨੇ ਘਰ ਕੁਛ ਇਹ ਵੀ ਸੇਲ ਹੋ ਜਾਣੇ ਆਣਗੇ ਲੇਕਿਨ ਇਸੇ ਵਜ੍ਹਾ ਸੇਲ ਹੋ ਰਹੇ ਕਿ ਇੱਕ ਦੋ ਸੂਟ ਪਏ ਨੇਗੇ ਕੋਈ ਫਰਾਕਾਂ ਵਗੈਰਾ ਪਈਆਂ ਫਰਾਕਾਂ ਵੀ ਹੋਰ ਡਿਜ਼ਾਇਨ ਨਵੇਂ ਲੈ ਆਈ ਅਤੇ ਨਾਲ ਉਹਨਾਂ ਦੇ ਇਹ ਵੀ ਕੋਈ ਇੱਕ ਅੱਧੀ ਵੇ ਸੇਲ ਹੋ ਗਈ ਕਰੇਗੀ ਲੇਕਿਨ ਇਨਸ਼ਾਅੱਲਾ ਤਾਲਾ ਸਭ ਕੁਝ ਬਿਹਤਰ ਹੋ ਜਾਵੇ ਅੱਗੇ ਤਰ੍ਹਾਂ ਰੂਟੀਨ ਕੁਛ ਨਾ ਕੁਛ ਕਰਨੇ ਆ ਗਏ ਅਤੇ ਮਨੈਲ ਜਿਹਾ ਵਿਲਾ ਕੇ ਹੁੰਦਾ ਖਤਮ ਕਰਨਾ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰ ਲੈਣਾ ਇੱਕ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫਾਰ ਵਾਚਿੰਗ ਐਂਡ ਅੱਲਾ ਹਾਫਿਜ਼।